ਹਾਂਜੀ ਜੇ ਤੁਸੀਂ ਵੀਡੀਓ ਸ਼ੁਰੂ ਕਰ ਲਈਏ ਤੇ ਵੀਡੀਓ ਨੂੰ ਐਂਡ ਤੱਕ ਦੇਖਿਓ ਕਿਉਂਕਿ ਇਹ ਮੈਂ ਪਾਰਟ ਹੁਣ ਜਦੋਂ ਤੁਸੀਂ ਵੀਡੀਓ ਵੇਖ ਰਹੇ ਹੋ ਇਸ ਤੋਂ ਕੋਈ ਘੰਟਾ ਪਹਿਲਾਂ ਮੈਂ ਇਹ ਪਾਰਟ ਜਿਹੜਾ ਨਾ ਐਡ ਕੀਤਾ ਕੋਈ ਘੰਟਾ ਪਹਿਲਾਂ ਹੀ ਉਹ ਇਸ ਕਰਕੇ ਕਿਉਂਕਿ ਇੱਕ ਮੈਂ ਚੈਲੰਜ ਕੀਤਾ ਸੀ ਜੱਬਲ ਮਾਰਨ ਉਹਨੇ ਐਕਸੈਪਟ ਕੀਤਾ ਪੂਰੀ ਵੀਡੀਓ ਵੇਖਿਓ ਤੁਹਾਨੂੰ ਪਤਾ ਲੱਗੇਗਾ ਮੈਂ ਕੀ ਚੈਲੰਜ ਕੀਤਾ ਉਹਨੇ ਤੇ ਉਹਦਾ ਜਵਾਬ ਵੀ ਆ ਗਿਆ ਐਕਸੈਪਟ ਵੀ ਕੀਤਾ ਸਾਰੀ ਵੀਡੀਓ ਵੇਖਿਓ ਲੈਂਡਰ ਕੀਤੇ ਦੇ ਖੁਲਾਸੇ ਨੇ ਵੀਡੀਓ ਪੂਰੀ ਵੇਖਿਓ ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਭਾਗ ਦੋ ਦੇ ਵਿੱਚ ਐ ਇਹ ਗੱਲ ਜੁੱਤੀ ਮਾਰਾਂ ਵਾਲੀ ਗੱਲ ਆ ਜੀ ਸਵਾਗਤ ਤੁਹਾਡਾ ਭਾਗ ਦੋ ਦੇ ਅੱਛਾ ਜੀ ਸਵਾਗਤ ਤੁਹਾਡਾ ਭਾਗ ਦੋ ਦੇ ਵਿੱਚ ਇਸ ਵੀਡੀਓ ਵਿੱਚ ਮੈਂ ਕੋਸ਼ਿਸ਼ ਕਰਾਂਗਾ ਤੇਜ਼ ਤੇ ਥੋੜਾ ਜਿਹਾ ਤੇਜ਼ ਤੇ ਹੋ ਜਾਦਾ ਮੈਂ ਬੋਲ ਪਾਂ ਕਿਉਂਕਿ ਮੈਨੂੰ ਚਾਹਦਾ ਪਾੜ ਤੀਸਰਾ ਬਣੇ ਮੈਨੂੰ ਪਤਾ ਲੰਬੀ ਫਿਰ ਵੀਡੀਓ ਹੋ ਜਣੀ ਇਹ ਗੱਲਾਂ ਬਹੁਤ ਕਰਨ ਵਾਲੀ ਲੰਡਰ ਕੀਰਤ ਦੀ ਦਾ ਖੁਲਾਸਾ ਕਰਨਾ ਹੈ ਜੱਬਲ ਮਾਰਦੇ ਇਹ ਘਰ ਵਾਲੇ ਦੀ ਚਤੜ ਸੇਕਣੇ ਨੇ ਹੈਂ ਇੱਕ ਦੋ ਗੱਲਾਂ ਹੋਰ ਨੇ ਇੰਦੀ ਜਿ ਸਵਾਲ ਦੀ ਗੱਲ ਕਰਨੀ ਹੈ ਤੇ ਜਿਹੜੀ ਆਪਾਂ ਪਿੱਛੇ ਗੱਲ ਛੱਡੀ ਸੀ ਸਭੀ ਵੀਰ ਦੀ ਹੁੰਦੀ ਪਿੱਛੇ ਉਹਨੂੰ ਹੁਣ ਆਪਾਂ ਬੰਦ ਕਰੀਏ ਉਸ ਗੱਲ ਨੂੰ ਨਾ ਉਹਨੂੰ ਉਹਨੂੰ ਕਲੋਜ਼ ਕਰੀਏ ਹੁਣ ਗੱਲ ਇਦਾਂ ਹੈ ਮੇਤਰੋ ਫਿਰ ਆਜੋ ਦੁਬਾਰਾ ਸ਼ਨੀਵਾਰ ਵਾਲੀ ਵੀਡੀਓ ਤੇ ਆਜੋ ਤੁਸੀਂ ਸ਼ਨੀਵਾਰ ਵਾਲੀ ਵੀਡੀਓ ਤੇ ਅੱਗ ਕਹਿੰਦਾ ਪਿਆ ਸਾਰੇ ਨੂੰ ਪਿਆਰ ਭਰੀ ਚਾਚਰੀ ਅਕਾਲ ਤੇ ਨਾਲ ਹਰ ਵਾਰੀ ਗਿਆਨੀ ਵੇਖ ਅੱਛਾ ਚੰਗੀ ਚੰਗੀ ਭਲੀ ਵਲੋਗਿੰਗ ਕਰਦੇ ਚੰਗੀ ਭਲੀ ਲਾਤ ਨਾ ਕੁੱਤੇਖਾਣੀ ਕੁੱਤੇਖਾਣੀ ਕਰਨਾ ਆਂਦੇ ਨਾ ਦੋਨੇ ਭਰਾ ਦੂਜੇ ਇੱਕ ਦਿਨ ਲੋਕਾਂ ਲੋਕਾਂ ਦੀ ਕੁੱਤੇਖਾਣੀ ਕਰਨੀ ਉਹ ਭਰਾ ਏ ਬ੍ਰਾਂਡ ਏ ਇੱਕ ਮਾਰਕ ਹੈ ਕੁੱਤੇਖਾਣੀ ਇਹ ਜਲੇ ਜਣੇ ਖਣੇ ਦੀ ਵਾਸਤੇ ਦੀ ਗੱਲ ਨਹੀਂ ਵੀ ਕਿਹਨੂੰ ਲੱਡੂ ਗਨੀਤੀਨ ਕਹਿ ਤਾ ਕਿਹਨੂੰ ਭਾਬੀ ਕਹਿ ਤਾ ਤੇ ਕਮੇਡੀ ਕਰ ਲਈ ਨਾ ਇਹ ਬਹੁਤ ਔਖਾ ਕੰਮ ਏ ਟੋਡੇ ਇਹਦੇ ਵਾਸਤੇ ਤੁਹਾਡੇ ਚੋ ਸਕਿੱਲ ਨਹੀਂ ਆ ਕੁੱਤੇਖਾਣੀ ਵਾਲੇ ਇਸ ਕਰਕੇ ਤੁਸੀਂ ਉਹ ਕੰਜਰ ਕੰਮ ਕਰੋ ਠੀਕ ਏ ਮੈਨੂੰ ਕੰਟੈਂਟ ਦਵੋ ਹਾਂ ਮਾਂ ਆਪਣੀ ਚਿੱਤੜਸ ਕਾਓ ਸੋ ਭਰਾ ਮੇਰੇ ਜਿਸ ਕਾਮ ਉਸੀ ਕੋ ਜ਼ੋਮ ਤੇ ਤੁਸੀਂ ਉਹ ਕੰਜਰ ਤੁਸੀਂ ਕੰਜਰਾ ਵਾਲੇ ਕੰਮ ਕਰੋ ਬੈਕ ਟੂ ਦਾ ਪੁਆਇੰਟ ਅੰਗਰੇਜ਼ੀ ਸਾਲੇ ਤੇਰੇ ਪਾਪੇ ਨੂੰ ਆਂਦੀ ਹੈ ਤੈਨੂੰ ਤੇ ਅਜੇ ਤੱਕ ਪੱਤੇ ਮੈਂ ਉਹ ਦਿਖਾ ਰਿਹਾ ਉਹ ਦਿਖਾ ਰਿਹਾ ਵਾ ਚਲੋ ਠੀਕ ਹੈ ਇੱਕ ਮੈਂ ਪਿਛਲੀ ਵੀਡੀਓ 'ਚ ਸ਼ੁਰੂ 'ਚ ਗੱਲ ਕੀਤੀ ਸੀ ਕਿ ਕਾਕਾ ਬੱਲੀ ਜੀ ਮੈਂ ਗੱਲ ਕਰਨੀ ਉਹ ਮੈਂ ਵੀਡੀਓ ਦੇ ਐਂਡ 'ਚ ਗੱਲ ਜੋੜਾਂਗਾ ਮੈਂ ਠੀਕ ਹੈ ਜਾਂ ਤੁਸੀਂ ਵੀਡੀਓ ਵੇਖੋ ਬੱਸ ਹੁਣ ਅੱਛਾ ਜੀ ਆਂਦਾ ਵੇ ਦੋਨੇ ਭਰਾ ਆਂਦੇ ਨੇ ਹਮੇਸ਼ਾ ਜਿਹੜਾ ਢੋਂਗੀ ਬਾਬਾ ਨਹੀਂ ਉਹਨੂੰ ਇੱਦਾਂ ਲੈ ਕੇ ਆਂਦਾ ਵੇ ਤੁਸੀਂ ਸਵੇਰੇ ਸਵੇਰੇ ਪਾਰਕਾਂ 'ਚ ਜਾਓ ਨਾ ਗੋਰੇ ਗੋਰੀਆਂ ਜਾਂ ਇੰਡੀਆ ਵੀ ਦਿੱਲੀ ਬੰਬੇ ਚੱਲ ਜਾਓ ਉਹ ਪਤਾ ਸਵੇਰੇ ਸਵੇਰੇ ਆਪਣੇ ਕੁੱਤੇ ਨੂੰ ਕੱਟੀ ਕਰਾਣ ਲੈ ਕੇ ਆਂਦੇ ਹੁੰਦੇ ਨੇ ਤੇ ਤੁਸੀਂ ਕਿਸੇ ਬੰਦੇ ਨਾਲ ਗੱਲ ਕਰਨ ਲੱਗ ਜਓ ਨਾ ਕੋਈ ਰਾਜ ਤੁਹਾਨੂੰ ਬੰਦਾ ਮਿਲਿਆ ਹੈ ਹਨਾ ਤੁਸੀਂ ਗੱਲ ਕਰਨ ਲੱਗ ਪਤਾ ਤੁਹਾਡਾ ਕੁੱਤਾ ਤੁਹਾਡੇ ਕੋਲ ਬਹਿ ਜਾਂਦਾ ਵੇ ਸੇ ਡਾਕੀ ਬਾਬਾ ਸੇਮ ਇਦਾਂ ਕਰਦਾ ਮੰਗਤਾ ਉਹਦੇ ਉਹਦੇ ਨਾਲ ਇਦਾਂ ਕਰਦਾ ਉਹਨੂੰ ਹਰ ਵੀਡੀਓ ਚ ਲੈ ਕੇ ਆਂਦਾ ਵੇ ਤੇ ਉਹ ਪਿੱਛੇ ਇਦਾਂ ਬਹਿ ਜਾਂਦਾ ਵੇ ਜਿੱਦਾਂ ਕੁੱਤਾ ਬੈਠਾ ਹੁੰਦਾ ਸੇਮ ਫੇਰ ਲੋਕੀ ਕਹਿੰਦੇ ਨੇ ਬਾਣਾ ਪਾਇਆ ਉਹਨੂੰ ਅੱਛਾ ਕਹਿੰਦੇ ਸਿਗਰ ਕਹਿੰਦਾ ਇਟਲੀਆ ਕਹਿੰਦਾ ਮੈਂ ਮੂੰਹ 'ਚ ਸਿਗਰਾਂ ਪਾਣੀਆਂ ਨੇ ਤੇ ਫੇਰ ਕਹਿੰਦੇ ਨਾ ਫੇਰ ਕਹਿੰਦਾ ਉਹਨੇ ਬਾ ਉਹ ਗੁਰੂ ਦਾ ਬਾਣਾ ਪਾਇਆ ਤੇ ਉਹਨੂੰ ਕਹਿੰਦਾ ਮੈਂ ਇਹ ਮੂੰਹ 'ਚ ਸਿਗਰਾਂ ਪਾਣੀ ਮੈਂ ਤਾਂ ਹੋਣ ਵੀ ਕਿਹਨਾਂ ਦੇ ਮੂੰਹ 'ਚ ਸਿਗਰ ਸਿਗਰ ਛੱਡ ਮੈਂ ਸਿਗਾਰ ਪਾਣੀ ਉਹਦੇ 'ਚ ਸਿਗਾਰ ਜਿਹੜੇ ਉਹ ਕੰਮ ਨੇ ਢੋਂਗੀ ਬਾਬੇ ਦੇ ਇੱਕ ਨੰਬਰ ਦਾ ਕਸ਼ਹਰਾ ਦਾ ਲਵਾ ਕੇ ਵੇਲੋ ਸਾਲਾ ਥਲੇ ਜੋਕੀ ਦਾ ਕੱਸ਼ਾ ਪਾਇਆ ਹੋਇਆ ਹੈਗਾ ਕੱਸ਼ਾ ਇਹ ਬੰਦਾ ਮੁੰਦਾ ਘਰ ਵਾਲੀ ਦੀ ਕਸ਼ਮ ਹੁੰਦੀ ਏ ਪਰ ਵੱਟੇ ਬਣਾਉਂਦੀ ਸੁਰਮਾ ਪਾਉਂਦੀ ਹਰ ਕੰਮ ਕਰਦੇ ਜੋ ਇੱਕ ਸਿੱਖ ਮਰਿਆਦ ਦੇ ਖਿਲਾਫ ਨੇ ਠੀਕ ਹੈ ਅਸੀਂ ਤੇ ਚਲੋ ਨਹੀਂ ਆ ਮੈਂ ਤੇ ਕੜਾ ਵੀ ਨਹੀਂ ਪਾਉਂਦਾ ਹੱਥ 'ਚ ਇਸ ਕਰਕੇ ਕਿਉਂਕਿ ਮੈਨੂੰ ਪਤਾ ਹੈ ਕਿ ਇੱਕ ਕੜਾ ਕੜੇ ਦੀ ਵੀ ਜ਼ਿੰਮੇਵਾਰੀ ਬੜੀ ਹੁੰਦੀ ਹੈ ਇਸ ਕਰਕੇ ਮੈਨੂੰ ਪਤਾ ਮੇਕੋ ਜਰ ਨਹੀਂ ਰਿਆ ਜਾਣਾ ਹਨਾ ਇਹ ਮੈਂ ਗੰਦੇ ਮੁੰਦੇ ਚੀਜ਼ਾਂ ਦਾ ਹੱਥ ਮਾਦੇ ਰਹਿਣਾ ਮੇਕੋ ਕੜੇ ਦੀ ਵੀ ਜਿਹੜਾ ਸਤਕਾਰ ਨਹੀਂ ਹੋਣਾ ਮਾ ਪੰਦਾਈ ਜੀ ਇਹ ਗੁਰੂ ਦਾ ਬਣਾ ਪਾ ਕੇ ਤੇ ਫਿਰ ਉੱਥੇ ਪਖੰਡ ਕਰਦੇ ਨੇ ਅਸੀਂ ਮਾਂ ਦੇ ਹੱਥਾਂ ਦੀ ਰੋਟੀ ਨਹੀਂ ਖਾਂਦਾ ਮਾਂ ਦੇ ਹੱਥਾਂ ਦੀ ਰੋਟੀ ਕਿਉਂ ਨਹੀਂ ਖਾਂਦਾ ਕੀ ਗੱਲ ਤੇਰੀ ਮਾਂ ਟੱਟੀ ਕਰਕੇ ਹੱਥ ਨਹੀਂ ਪਹੁੰਚਦੀ ਵੀ ਮਾਂ ਮੈਂ ਆਪਣੇ ਮਾਂ ਦੇ ਹੱਥਾਂ ਦੀ ਰੋਟੀ ਨਹੀਂ ਖਾਂਦਾ ਇਹ ਜੁੱਤੀ ਨੇ ਇਹਨੂੰ ਰੋਟੀ ਖਵਾਣ ਵੀ ਲਾਇਆ ਇਹ ਜੁੱਤੀ ਨੇ ਇਹਨਾਂ ਨੂੰ ਗੱਡੀ ਵੀ ਦਵਾਈ ਲਈ ਤੇ ਇਹ ਸਾਲਾ ਕੰਜੂਸ ਟੱਬਰ ਟੱਬਰ ਗੱਡੀ ਲੈਣ ਵਾਲਾ ਹੈ ਇਹਨਾਂ ਦੀ ਸ਼ਕਲ ਵੇਖ ਕੇ ਲੱਗਦਾ ਮੰਗਤ ਦੀ ਸ਼ਕਲ ਤੁਸੀਂ ਤੁਹਾਨੂੰ ਤੁਸੀਂ ਮੰਗਤ ਦੀ ਸ਼ਕਲ ਵੇਖੋ ਇਹਦੀ ਸ਼ਕਲ ਵੇਖ ਕੇ ਲੱਗਦਾ ਵੀ ਇਹ ਗੱਡੀ ਲੈਣ ਵਾਲਾ ਹੈ ਵੇ ਹੈ ਇਹ ਗੱਡੀ ਬੰਦਾ ਲੈ ਸਕਦਾ ਇਹਦੀ ਸ਼ਕਲ ਵੇਖ ਕੇ ਇਹਦਾ ਮੂੰਹ ਸੜੇ ਦਾ ਇਦਾਂ ਤੁਸੀਂ ਕਦੀ ਟਰੱਕ ਜਾਂਦਾ ਵੇਖਿਆ ਜਿਹਦੇ ਵਿੱਚ ਸੀਮੈਂਟ ਦੀਆਂ ਬੋਰੀਆਂ ਲੋਡ ਹੋਈਆਂ ਹਣ ਹੈ ਟਰੱਕ 'ਚ ਸੀਮੈਂਟ ਦੀਆਂ ਬੋਰੀਆਂ ਲੋਡ ਹੋਈਆਂ ਤੇ ਟਰੱਕ ਜਾਂਦਾ ਹੋਵੇ ਹੈ ਆਪਣੀ ਸਪੀਡ ਫਾੜ ਕੇ ਟਰੱਕ ਜਾਂਦਾ ਹੋਵੇ ਤੇ ਅਚਾਨਕ ਸਪੀਡ ਬ੍ਰੇਕਰ ਆਂਦਾ ਹੈ ਅਚਾਨਕ ਸਪੀਡ ਬ੍ਰੇਕ ਰਾਂਦਾ ਤੇ ਇੱਕ ਬੋਰੀ ਜਿਹੜੀ ਹੈ ਉਹ ਟਰੱਕ ਤੋਂ ਬਾਹਰ ਡਿੱਗ ਜਾਂਦੀ ਜਦੋਂ ਬੋਰੀ ਟਰੱਕ ਤੋਂ ਬਾਹਰ ਡਿੱਗਦੀ ਹੈ ਨਾ ਜ਼ਮੀਨ ਤੇ ਤੇ ਫਿਰ ਬੋਰੀ ਜਦਨੀ ਪਾੜ ਉਸ ਪਾਟੀ ਬੋਰੀ ਵਰਗਾ ਦਾ ਮੂੰਹ ਦਾ ਤੇ ਸਾਲਾ ਗੱਲਾਂ ਕਰਦਾ ਸ਼ੈਨ ਛਾਲੀਆਂ ਉਹ ਦੁਬਾਰਾ ਹੀ ਮੰਗਦੇ ਦੀ ਸ਼ਕਲ ਤੇ ਆਓ ਮੰਗਦੇ ਦੀ ਸ਼ਕਲ ਵਿੱਚ ਦੇਖ ਕੇ ਲੱਗਦਾ ਹੈ ਕਿ ਇਹ ਗੱਡੀ ਲੈ ਸਕਦਾ ਜੈਸੇ ਬੰਦੇ ਨੇ 4 ਸਾਲ ਤੋਂ ਟੀ-ਸ਼ਰਟ ਨਾਲ ਲਿਤੀ ਹੋਵੇ ਉਸ ਉਹ ਬੰਦੇ ਦੀ ਸ਼ਕਲ ਵਾਲੇ ਦੇਖ ਕੇ ਲੱਗਦਾ ਵੀ ਇਹ ਬੰਦਾ ਗੱਡੀ ਲੈ ਸਕਦਾ ਨਹੀਂ ਗੱਡੀ ਦਵਾਈ ਇਹ ਜੁੱਤੀ ਨੇ ਤੇ ਇਸ ਕਿੱਲ ਨੇ ਜਿਹੜਾ ਮੈਂ ਤੇ ਇਹਦੇ ਬੁੜੇ ਨੇ ਹਰ ਵਾਰੀ ਮਾਰਦਾ ਸੀ ਨਾ ਇੱਥੇ ਕਿੱਲ ਹੈ ਇਹਦਾ ਬੁੜਾ ਅੱਗੇ ਭਜਦਾ ਸੀ ਭਜਦਾ ਵੀ ਨਾ ਹਾਂ ਇਹ ਛਤਰ ਨੇ ਨੂੰ ਜਿਹੜੀ ਗੱਡੀ ਦਵਾਈ ਇਹਦੀ ਸ਼ਕਲ ਵਾਲ ਵੇਖ ਕੇ ਤੇ ਕੁਝ ਵੀ ਨਹੀਂ ਲੱਗਦਾ ਅੱਛਾ ਫਿਰ ਕਹਿੰਦਾ ਪਿਆ ਉਸੇ ਵੀਡੀਓ ਤੇ ਛੜੀ ਮਾਰ ਵਾਲੀ ਦੁਬਾਰਾ ਕਹਿੰਦਾ ਵੈਸੇ ਤੇ ਮੇਰੇ ਕੋਲ ਟਾਈਮ ਨਹੀਂ ਹੁੰਦਾ ਕਿ ਕੱਡਾ ਤੂੰ ਸਾੜਾ ਦਫ਼ਤਰ ਚ ਜਾਣਾ ਹੈ ਕਿੱਡਾ ਤੂੰ ਜੋਬ ਬੜਨ ਦੀਆਂ ਫੈਲਾ ਫਾੜ ਕੇ ਉਹ ਤੇ ਪਿੱਛੇ ਪਿੱਛੇ ਪਾਰਲੀਮੈਂਟ ਚ ਜਾਣਾ ਕੱਡਾ ਤੂੰ ਭੈਣ ਤੇਨੂੰ ਟ੍ਰੂਡੋ ਨੇ ਆਪਣੇ ਉੱਥੇ ਰੱਖਿਆ ਵੇ ਕਿਚਨ ਚ ਲਾਂਗਰੀ ਵੀ ਅੱਜ ਮੇਰੇ ਵਾਸਤੇ ਪਾਸਤਾ ਬਣਾਓ ਅੱਜ ਮੇਰੇ ਵਾਸਤੇ ਲਸਾਨੀਆ ਕੀ ਸਬਜ਼ੀ ਬਣਾਓ ਅੱਜ ਮੇਰੇ ਵਾਸਤੇ ਪੰਜੀਰੀ ਬਣਾਓ ਅੱਛਾ ਇੱਡਾ ਦਿਮਾਗ ਇਹਨਾਂ ਦੋਨਾਂ ਭਰਾਵਾਂ ਦਾ ਫੁੱਦੂ ਹੋ ਚੁਗਾ ਨਾ ਇੰਨਾ ਫੁੱਦੂ ਉਹ ਇਹਦੀ ਮਾਂ ਨੇ ਕਰ ਛੱਡਿਆ ਯਾਰ ਹੋਇਆ ਨਹੀਂ ਇਹਦੀ ਮਾਂ ਨੇ ਕਰ ਛੱਡਿਆ ਗਰਮੀ ਗਰਮੀ ਚ ਪੰਜੀਰੀ ਗਰਮੀ ਚ ਪੰਜੀਰੀ ਗਰਮੀ ਚ ਖੋਆ ਤੇ ਉਤੋਂ ਉਹ ਮਿਲਕ ਸ਼ੇਕ ਇਹਦਾ ਚੀਕੂ ਦਾ ਮਿਲਕ ਸ਼ੇਕ ਪੀ ਆਤਾ ਤੇ ਬੰਦੇ ਨੇ ਕੀ ਹੋਣਾ ਪਾਗਲ ਹੀ ਹੋਣਾ ਨਾ ਵੀ ਜਿਸ ਬੰਦਾ ਗਰਮ ਚੀਜ਼ਾਂ ਖਾ ਖਾ ਕੇ ਉਤੋਂ ਠੰਡੀ ਚੀਜ਼ ਖਵਾ ਦੋ ਉਹ ਸਾਲਾ ਪਾਗਲ ਹੀ ਹੋਣਾ ਬੀਬੀ ਜਗੀਰ ਕੋਲੇ ਸਾਡੇ ਪਿੰਡ ਵੀ ਅਕਦਾ ਦਾ ਕੇਸ ਹੋਇਆ ਸੀ ਉਹ ਬੰਦੇ ਦਾ ਹੋ ਗਿਆ ਕਿਤੇ ਐਕਸੀਡੈਂਟ ਪਤਾ ਨਹੀਂ ਕਿ ਬਿਮਾਰ ਸੀ ਤੋਂ ਉਹਨੂੰ ਉਹਦੀ ਘਰ ਵਾਲੀ ਰੋ ਜੀ ਮਟਰ ਪਨੀਰ ਖਵਾਉਂਦੀ ਰੋ ਜੀ ਪਨੀਰ ਰੋ ਜੀ ਪਨੀਰ ਰੋ ਜੀ ਪਨੀਰ ਤੇ ਹਾਰਟ ਅਟੈਕ ਹੋ ਕੇ ਮਰ ਗਿਆ ਅਗਲਾ ਤੇ ਸਾਲਿਓ ਉਹ ਬੱਚੋ ਆਪਣੀ ਬੁਢੀ ਕੋਲੋਂ ਇਹੀ ਤੋਂ ਢੀ ਜਾਨ ਦੀ ਦੁਸ਼ਮਣ ਹੈ ਅੱਛਾ ਦੁਬਾਰਾ ਫੇਰ ਹੋਣੇ ਦੀ ਵੀਡੀਓ ਤੇ ਆਓ ਐਤਵਾਰ ਵਾਲੀ ਤੇ ਜਿਹੜੀ ਸਾਬੀ ਤੇ ਇਹਨੇ ਦੂਸਰੀ ਵੀਡੀਓ ਬਣਾਈ ਦੋਨੇ ਭਰਾੰਦੇ ਦੀ ਵੀਡੀਓ ਜਿਹੜਾ ਸਾਰਿਆਂ ਨੂੰ ਪਿਆਰ ਭਰੀ ਚਾਚਰੀਆ ਕਾਲ ਮੈਨੂੰ ਆਪਣੇ ਮੁੰਡੇ ਦੀ ਕਸਮ ਲੱਗੇ ਮੈਂ ਤੇ ਸਾਬੀ ਦੀ ਇੱਕ ਵੀਡੀਓ ਵੀ ਨਹੀਂ ਵੇਖੀ ਤੇ ਸ਼ਨੀਵਾਰ ਉਸ ਵੀਡੀਓ ਤੋਂ ਇੱਕ ਦਿਨ ਪਹਿਲਾਂ ਕਹਿੰਦਾ ਪਿਆ ਕਿ ਸਾਬੀ ਨੇ ਇੱਕ ਵੀਡੀਓ ਬਣਾਈ ਯਾਰ ਭੈਣ ਜਦੋਂ ਕਿੰਨਾ ਡੰਗਰ ਟੰਬਰ ਹੈ ਯਾਰ ਉਹ ਤੂੰ ਹੀ ਭੈਣ ਜਦੋਂ ਵਾਕਿਆ ਛਦਾਈ ਉਹ ਕਿੰਦੇ ਡਰਾਮਾ ਕਰਦੇ ਛਦਾਈ ਹੁੰਦਾ ਕਹਿੰਦਾ ਸਾਬੀ ਨੇ ਇੱਕ ਵੀਡੀਓ ਬਣਾਈ ਸ਼ਮਾਲ ਦੀ ਉਹਦੇ ਕੋਈ ਨੌਲੇਜ ਦੀ ਗੱਲ ਨਹੀਂ ਕਹਿੰਦਾ ਮੈਂ ਵੀਡੀਓ ਵੇਖੀ ਕੋਈ ਨੌਲੇਜ ਦੀ ਗੱਲ ਨਹੀਂ ਤੂੰ ਨਾਲ ਅਗਲੀ ਵੀਡੀਓਆਂ ਮੈਨੂੰ ਮੁੰਡੇ ਦੀ ਕਸਮ ਲਗਾ ਮੈਂ ਨਹੀਂ ਕੋਈ ਕੋਈ ਵੀਡੀਓ ਨਹੀਂ ਦੇਖੀ ਯਾਰ ਉਹ ਤੁਸੀਂ ਭੈਣ ਚਦੋ ਗਿਆ পাগল ਤੁਸੀਂ ਜਾਓ ਕਿਤੇ ਜੰਮੂ ਕਸ਼ਮੀਰ ਦੀਆਂ ਪਹਾੜੀਆਂ ਚ ਕੋਈ ਦਿਮਾਗ ਨੂੰ ਹਵਾ ਹਲਵਾਓ ਯਾਰ ਸਾੜਾ ਬੰਗਲਾ ਟੱਬਰ পাগল ਇਹੋ ਕੋਲੋਂ ਕੰਮ ਕਰਾਉਂਦੇ ਨੇ ਚਾਚੇ ਕੋਲੋਂ ਕੰਮ ਕਰਾਉਂਦੇ ਨੇ ਤੇ ਆਪ ਵੇਲੇ ਸਾਲਿਓ ਇੰਨੇ ਵੇਲੇ ਹੋ ਤੇ ਤੁਹਾਡੇ ਪਿੰਡ ਦੇ ਕੋਲ ਜਿਹੜੀ ਨਹਿਰ ਚ ਮਰਜੋ ਡੁੱਬ ਕੇ ਮਰਜੋ ਇੰਨੇ ਵੇਲੇ ਭੈ ਦੇ ਯਾਰ ਕੋਈ ਕੰਮ ਨਹੀਂ ਅੱਛਾ ਜੀ ਕਹਿੰਦੇ ਨੇ ਕਿ ਉਸੇ ਵੀਡੀਓ ਐਦਵਾਰਾਂ ਲਈ ਕਰਦੇ ਬੰਦੇ ਦਾ ਪਤਾ ਉਹਦੀ ਸੰਗਤ ਨੂੰ ਲੱਗਦਾ ਉਹਦੇ ਯਾਰਾਂ ਦੋਸਤ ਪਤਾ ਲੱਗਦਾ ਵਾਕਿਆ ਸਹੀ ਗੱਲ ਕੀਤੀ ਮੰਗਤੇ ਨੇ ਵੀ ਤੇ ਯਾਰ ਤੇ ਸਾਲੇ ਤੇਰੇ ਯਾਰ ਦੋਸਤ ਕਿੱਥੇ ਨੇ ਹੈ ਕਿੱਥੇ ਨੇ ਤੇਰੇ ਯਾਰ ਦੋਸਤ ਜਬਲੋ ਦੇ ਨਾਲ ਕਿਤੇ ਹਣੀਮੂਨ ਤੇ ਨਹੀਂ ਮਗਾਂਦੇ ਪਏ ਉਹ ਸਾਲਿਆ ਤੇਰੇ ਯਾਰ ਖੁੱਦ ਦੇ ਤੇਰੇ ਯਾਰ ਨਹੀਂ ਰਹੇ ਫਿਰ ਕਹਿੰਦਾ ਅੱਛਾ ਇੱਕ ਗੱਲ ਹੋਰ ਕਹਿੰਦਾ ਪਿਆ ਵੀ ਉਹਦੀ ਦਾੜੀ ਨਾ ਚਿੱਟੀ ਏ ਸਾਬੀ ਦੀ ਦਾੜੀ ਚਿੱਟੀ ਏ ਹੈ ਸਾਬੀ ਦੀ ਦਾੜੀ ਚਿੱਟੀ ਏ ਅੱਧ ਖੜੇ ਉਮਰ ਦੀ ਭਾਬੀ ਉਹਦੀ ਦਾੜੀ ਚਿੱਟੀ ਤੇ ਇਹ ਜਿਹੜੇ ਇਸ ਹਿਸਾਬ ਨਾਲ ਤੇ ਫਿਰ ਤੇਰੇ ਬੁੜੇ ਦੀ ਸਾਰੀ ਚਿੱਟੀ ਦਾੜੀ ਹੈ ਜਾਂ ਉਹ ਖੂ ਖਾਜ ਧੱਕਾ ਧੁਕਾ ਦੇ ਸਾਲਿਆ ਹੈ ਚਾਚਾ ਤੇਰਾ ਡੱਬ ਖੜਬਾ ਜਿਆ ਜਿੱਦਾ ਉਹ ਕੁੱਤੇ ਕੁੱਤੇ ਯਾਰ ਉਹ ਦੀ ਵੀ ਕਰੈਕਟਰ ਨੇ ਯਾਰ ਮੈਂ ਕੀ ਕਰਾ ਹੁਣ ਤੁਸੀਂ ਕਹਿ ਰਹੇ ਵੀ ਉਹਦੇ ਚਾਚੇ ਨੂੰ ਨਹੀਂ ਕਹਿਣਾ ਕਿਉਂ ਨਹੀਂ ਵਾਕਿਆ ਨਹੀਂ ਸੀ ਕਹਿਣਾ ਚਾਹੀਦਾ ਪਰ ਹੈ ਹੁਣ ਕਰੈਕਟਰ ਉਹ ਵੀ ਆਇਆ ਵੀਡੀਓ ਦੇ ਵਿੱਚ ਮੈਂ ਕੀ ਕਰਾ ਹੁਣ ਰੋਸਟਿੰਗ ਉਹ ਤੇ ਵੀ ਕਰਨੀ ਪੈਣੀ ਵੀ ਕੁੱਤਾ ਵੇਖਿਆ ਡੱਬ ਖੜਬਾ ਉਹਦੇ ਵਰਗਾ ਮੁੱਛਾਂ ਕਾਲੀਆਂ ਦੇ ਦਾੜੀ ਚਿੱਟੀ ਭੈ ਕਿੰਦਾ ਦੇ ਬੰਦੇ ਨੇ ਯਾਰ ਇਹਨਾਂ ਦੇ ਘਰ ਚ ਚਿੱਟੀ ਵੀ ਤੁਸੀਂ ਸਾਲਿਓ ਕਿਹੜੀ ਉਹਦੀ ਦਾੜੀ ਨੂੰ ਤੜਕੇ ਚ ਪਾਣਾ ਨੇ ਉਹਦੀ ਦਾੜੀ ਨਾਲ ਕੀ ਗੱਲ ਤੂੰ 부ੜੀ ਆਪਣੀ ਦੀ ਖੁਰਕ ਕਰਾਣੀ ਹੈ ਵੀ ਤੇਰੀ 부ੜੀ ਤਾਂ ਹੱਥ ਨਹੀਂ ਪਹੁੰਚਦਾ ਪਿੰਡੇ ਤੇ ਤੇ ਉਹਦੇ ਖੁਰਕ ਹੁੰਦੀ ਵੀ ਕਰਾਲਾ ਵੀ ਸਾਬੀ ਨੂੰ ਅੱਜ ਫੋਨ ਕਰ ਲਾ ਵੀ ਸਾਬੀ ਐਂ ਯਾਰ ਤੇਰੀ ਦਾੜੀ ਦੀ ਲੋੜ ਪੈ ਗਈ ਮੇਰੀ ਮੰਮੀ ਦੇ ਪੇਟ ਤੇ ਖੁਰਕ ਹੁੰਦੀ ਤਾਂ ਖੁਰਕਣਾਵੇਂ ਤੇਰੀ ਦਾੜੀ ਨਾਲ ਵੀ ਸਾਲਿਆ ਕੋਈ ਲੋਜਿਕ ਲੋਜਿਕ ਦਿੰਦਾ ਬੰਦਾ ਭੈਣ ਚੋ ਤੇਰੇ ਭਰਾ ਦੀ ਵੀ ਦਾੜੀ 'ਚ ਵਾਲ ਆਂਦੇ ਪੈਣੇ ਚਿੱਟੇ ਤੇਰੇ ਆਪ ਇੱਥੇ ਖੋਪੜ 'ਚ ਵਾਲ ਚਿੱਟੇ ਨੇ ਉਹਦੇ ਵਾਲ ਚਿੱਟੇ ਨੇ ਉਹਦੇ ਵਾਲ ਚਿੱਟੇ ਨਾ ਦਿਓ ਤੁਸੀਂ ਜਿਹੜੀ ਭੈਣ ਨੂੰ ਮਾਂ ਤੌਰ ਨਹੀਂ ਨਾ ਦਿਓ ਕਹਿ ਦਿਓ ਉਦਾਂ ਸਿੱਧਾ ਕਹੋ ਵੀ ਸਾਬੀ ਤੂੰ ਬੁੱਢਾ ਗਿਆ ਰਹੀ ਨਹੀਂ ਤੈਨੂੰ ਰਿਸ਼ਤਾ ਦੇਣਾ ਅਸੀਂ ਨਹੀਂ ਤੇਰਾ ਨਾ ਬੁਢੀ ਤੌਰ ਨਹੀਂ ਤੇਰੀ ਦਾੜੀ ਚਿੱਟੀ ਐਵੇਂ ਬਾਹਨੇ ਲੱਭਦੇ ਨੇ ਸਾਲੇ ਫੇਰ ਕਹਿੰਦੇ ਪੈਣੇ ਵੀ ਉਹਦੀ ਜੀਜੇ ਸਬੰਦੇ ਦਾ ਬੰਦੀ ਦਾ ਸੰਗਤ ਦਾ ਪਤਾ ਬੰਦੀ ਦਾ ਪਤਾ ਉਹਦੀ ਸੰਗਤ ਨੂੰ ਲੱਗਦਾ ਤੇ ਤੇਰੀ ਸੰਗਤ ਦੇ ਭੈਣ ਚ ਮੈਂ ਕਹਿੰਨਾ ਮਾਹਪੁਰਸ਼ਾਂ ਵਾਲੀ ਹੈ ਤੇਰੀ ਸੰਗਤ ਦੇ ਬਾਬੇ ਰਾਮਦੇਵ ਵਾਲੀ ਹੈ ਪੀ ਸਟੇਜ ਤੇ ਬੰਨਾ ਆਸੇ-ਪਾਸੇ ਉਹ ਬਾਲਕਿਸ਼ਨ ਬੰਦਾ ਹੈ ਹੈ ਅਦਿੱਤੇ ਜੋਗੀਨਾਥ ਬੰਦੇ ਆਪਣੀ ਸੰਗਤ ਦੇ ਵੇਖੀ ਹੈ ਕੁੱਤਾ ਹੈ ਤੇਰੇ ਕੋਲੇ ਕਾ ਕੁੱਤਾ ਜਿੱਥੇ ਮਰਜੀ ਉਹਦੇ ਗਲ ਚ ਪਟਾ ਪਾਇਆ ਜਿੱਥੇ ਮਰਜੀ ਕਦੀ ਖੇਤਾਂ ਚ ਲੈ ਜਾਣਾ ਕਦੀ ਵੇੜੇ ਚ ਖੇਤਾਂ ਚ ਵੇੜੇ ਚ ਖੇਤਾਂ ਚ ਵੇੜੇ ਚ ਆ ਦੋ ਜਗ੍ਹਾ ਨੇ ਬਸ ਤੁਹਾਡੀਆਂ ਜਾ ਨੂੰ ਸਵੇਰੇ ਉਥੇ ਟੱਟੀ ਕਰਾ ਲੈ ਜਣਾ ਜਿਹੜੀ ਇਹਨਾਂ ਦੀ ਮੋਟਰ ਉਥੇ ਟੱਟੀ ਕਰਾ ਕੇ ਫਿਰ ਘਰ ਵਾਪਸ ਗਿਆਨੀ ਨੂੰ ਢੋਂਗੀ ਬਾਬੇ ਨੂੰ ਹੁਣ ਇਹਨਾਂ ਨੇ ਕਿਹਾ ਉਹਨੇ ਬਾਣਾ ਪਾਇਆ ਉਹ ਯਾਰ ਇਹ ਲੋਜਿਕ ਨਾ ਦਿਆ ਕਰ ਵੀ ਉਹਨੇ ਬਾੜਾ ਪਾਇਆ ਆ ਤੇ ਫਿਰ ਬਾਦਲ ਕੀ ਸੀ ਉਹ ਕੀ ਸੀ ਲੰਗਾ ਕੌਣ ਸੀ ਉਹਨਾਂ ਨੇ ਪੰਜਾਬ ਬਾਦਲ ਪੰਜਾਬ ਖਾ ਗਿਆ ਸਾਰਾ ਲੰਗਾ ਨੇ ਬਲਤਕਾਰ ਕੀਤਾ ਹੀ ਉਹਨੂੰ ਕੀ ਕਵੇ ਜੱਜ ਵੇਖ ਕੇ ਵੀ ਇਹ ਜੱਜ ਕਵੇ ਨਹੀਂ ਇਹਦੇ ਕੰਮ ਹੀ ਨਹੀਂ ਕਰਦਾ ਇਹ ਬਲਤਕਾਰ ਕਰ ਦਿੰਦਾ ਇਹਨੇ ਤਾਂ ਗੁਰੂ ਦਾ ਬਾਣਾ ਪਾਇਆ ਇਹਨੇ ਤਾਂ ਮਰ ਛਕਿਆ ਇਹ ਕਿਸ਼ਾਰਾ ਪੰਦਾ ਇਹ ਨਹੀਂ ਕਰਦਾ ਇਹਨੂੰ ਛੱਡੋ ਪੁਲਸੀਓ ਤੁਹਾਡਾ ਦਿਮਾਗ ਖਰਾਬ ਏ ਤੇ ਜੇ ਕਿਤੇ ਆਇਨਸਟਾਈਨ ਉਹ ਦਿਨਾਂ ਚ ਆਇਆ ਹੁੰਦਾ ਨਾ ਪੰਜਾਬ ਤੇ ਪੰਜਾਬ ਦੇ ਲੋਕਾਂ ਨੇ ਕਹਿਣਾ ਸੀ ਉਹ ਚੱਲ ਤੂੰ ਬੜਾ ਸਿਆਣਾ ਬਣ ਰਿਹਾ ਫਤੂਜਾ ਬੰਦਾ ਹੈ ਤੂੰ ਭੈਅ ਨਾ ਤੇਰੇ ਦਾੜੀ ਨਾ ਤੂੰ ਪੱਗ ਬੰਨੀ ਉਹ ਇਹ ਲੌਜਿਕ ਨਹੀਂ ਹੁੰਦਾ ਮੈਂ ਉਸ ਬਾਣੇ ਦੇ ਵਿੱਚ ਪਏ ਬੰਦੇ ਨੂੰ ਕਹਿ ਰਿਹਾ ਮੈਂ ਖੁਦ ਸਿੱਖਾਂ ਦਾ ਮੁੰਡਾ ਮੈਂ ਆਪਣੇ ਧਰਮ ਨੂੰ ਮਾੜਾ ਕਹਾਂਗਾ ਮੈਂ ਪਾੜ ਦਾਂਗਾ ਜੇ ਕੋਈ ਬੰਦਾ ਮੇਰੇ ਸਾਹਮਣੇ ਕੋਈ ਸਾਡੇ ਧਰਮ ਦੀ ਗੱਲ ਕਰ ਜੇ ਮਾੜੀ ਤੇ ਮੈਂ ਹੀ ਮਾੜਾ ਕਹਿਣਾ ਮੈਂ ਉਸ ਬੰਦੇ ਦੇ ਉਸ ਉਸ ਬਾਣੇ ਦੇ ਜਿਹੜਾ ਬੰਦਾ ਵੇ ਉਹਨੂੰ ਕਹਿ ਰਿਹਾ ਆ ਕਿ ਬੰਦਾ ਗਲਤ ਏ ਹੁਣ ਕੱਲ ਨੂੰ ਰੱਬ ਐਗਜ਼ੈਂਪਲ ਏ ਹੁਣ ਕੱਲ ਨੂੰ ਢੋਂਗੀ ਬਾਬਾ 크੍ਰਿਸਚੀਅਨ ਧਰਮ ਦਾ ਜਿਹੜਾ ਪਾਦਰੀ ਪਾਉਂਦੇ ਨੇ ਉਹ ਪਾ ਲੈ ਤੇ ਮੈਂ ਉਹਨੂੰ ਗਾਲ ਕੱਢਾਂਗਾ ਢੋਂਗੀ ਬਾਬੇ ਨੂੰ ਨਾ ਕਿ ਉਹਨੂੰ 크੍ਰਿਸਚੀਅਨ ਧਰਮ ਨੂੰ ਇਹ ਇਹ ਸਾਬਤ ਤੂੰ ਕਹੋ ਕਿ ਤੂੰ 크੍ਰਿਸਚੀਅਨ ਧਰਮ ਨੂੰ ਮਾਰਾ ਕਹਿਣਾ ਹੁਣ ਨਹੀਂ ਜੇ ਮੰਨ ਲਓ ਢੋਂਗੀ ਬਾਬਾ ਗੂਚੀ ਦੀ ਟੀ-ਸ਼ਰਟ ਪਾ ਲੰਦਾ ਐ ਐਗਜ਼ੈਂਪਲ ਐ ਵੈਸੇ ਔਕਾਤ ਤੇ ਇਹਨਾਂ ਦੀ ਨਹੀਂ ਆ ਪਰ ਫਿਰ ਵੀ ਜੇ ਗੂਚੀ ਦੀ ਟੀ-ਸ਼ਰਟ ਪਾ ਲੰਦਾ ਤੇ ਤੁਸੀਂ ਮੈਨੂੰ ਗਾਲਾਂ ਕੱਢਾ ਢੋਂਗੀ ਬਾਬਾ ਇਹ ਦੰਦਾ ਢੋਂਗੀ ਬਾਬਾ ਤੇ ਤੁਸੀਂ ਕਿਉ ਗੁਚੀ ਵਾਲੇ ਨੂੰ ਗਾਲਾਂ ਕੱਢਦਾ ਪਿਆ ਨਹੀਂ ਮੈਂ ਢੋਂਗੀ ਬਾਬੇ ਨੂੰ ਗਾਲਾਂ ਕੱਢਦਾ ਪਿਆ ਅਕਲ ਦੇ ਐਨੇ ਹੋ ਅੱਛਾ ਜੀ ਗੱਲ ਦਾ ਨਿਚੋੜ ਕੱਢੀ ਹੁਣ ਜਿਹੜੀ 2 ਦਿਨ ਕੰਟਰੋਵਰਸੀ ਚੱਲੀ ਉਹਦਾ ਨਿਚੋੜ ਕੀ ਸੀ ਉਹਦਾ ਨਿਚੋੜ ਇਹ ਸੀ ਕਿ ਡੰਗਰਾਂ ਨਾਲ ਮੱਥਾ ਨਹੀਂ ਮਾਰਿਆ ਜਾਂਦਾ ਝੋਟੇ ਝੋਟੇ ਵਾਲਿਆਂ ਦੇ ਘਰੋਂ ਲੱਸੀ ਨਹੀਂ ਲੱਭੀ ਜਾਂਦੀ ਇਹ ਨੇ ਉਹ ਕੈਟਾਗਰੀ ਦੇ ਬੰਦੇ ਜਿਹੜੇ ਕਹਿੰਦੇ ਨੇ ਸਾਡਾ ਨਾਲ ਹੈ ਕਿ ਦੱਸ ਜੇ ਹਿੰਮਤ ਹੈ ਤੇ ਬੰਦਾ ਨਾਲ ਲੈਂਦਾ ਹਿੰਮਤ ਦਿਖਾਉਂਦਾ ਤੇ ਉਹ ਤੂੰ ਸਟ੍ਰਾਈਕਾਂ ਮਾਰਵਾਉਂਦੇ ਰੇ ਸਟ੍ਰਾਈਕਾਂ ਮਰਵਾ ਕੇ ਚੈਨਲ ਬੰਦ ਕਰਾਉਂਦੇ ਕਰਵਾਉਣ ਦੀ ਕੋਸ਼ਿਸ਼ ਕਰਦੇ ਨੇ ਇਹ ਪਤਾ ਇਹ ਉਹੀ ਗੱਲ ਕੀਤੀ ਇਹਨਾਂ ਨੇ ਵੀ ਤੂੰ ਆ ਜਾ ਸਾਡੇ ਘਰ ਸਾਡੇ ਘਰ ਆ ਹੈ ਬੰਦਾ ਘਰ ਜਾਂਦਾ ਅੱਗੂ ਮਾਵਾਂ ਇਹਨਾਂ ਦੀਆਂ ਕੱਪੜੇ ਪਾੜ ਲੈਂਦੀਆਂ ਪਰ ਜਾਈਆਂ ਇਹਨਾਂ ਦੀਆਂ ਕੱਪੜੇ ਪਾੜ ਲੈਂਦੀਆਂ ਵੀ ਇਹ ਬੰਦਾ ਮੇਰੀ ਇੱਜ਼ਤ ਲੁੱਟਣ ਲੱਗਾ ਮੇਰ ਬਲਤ ਇਹ ਉਸ ਕੈਟਾਗਰੀ ਦੇ ਬੰਦੇ ਨੇ ਸਾਫ਼ ਪਤਾ ਜੇ ਸਾਫ਼ ਤੋਂ ਨੂੰ ਨਹੀਂ ਦਿਸਦਾ ਵੀ ਜਿਹੜਾ ਬੰਦਾ ਪਹਿਲਾਂ ਕਹਿੰਦਾ ਬਈ ਹਿੰਮਤ ਮੇਰਾ ਨਾਲ ਲੈ ਜੇ ਉਹ ਨਾਲ ਲੈਂਦਾ ਤੇ ਮੌੜੇ ਕੋਈ ਚੈਨਲ ਤੇ ਸਟ੍ਰਾਈਕਾ ਮਾਰਾਉਂਦੇ ਨੇ ਤੇ ਜੇ ਹੁਣ ਇਹ ਕਿੱਡੇ ਅਕਲ ਦਾ ਮਾਲਕ ਹੋਏਗਾ ਇਹ ਬੰਦਾ ਜਿਹੜਾ ਕਹਿੰਦਾ ਬਈ ਮੇਰੇ ਵਿਹੜੇ 'ਚ ਆ ਕੇ ਗੱਲ ਕਰ ਮਨ ਮਨਵੀ ਲੋ ਅਸੀਂ ਚੱਲ ਵੀ ਜਾਂਦੇ ਦੇ ਵੇੜੇ ਚ ਮੰਨ ਲਓ ਕੀ ਗੱਲ ਇਹਦੀ ਪਰਝਾਈ ਕੀ ਗਰੰਟੀ ਦੀ ਪਰਝਾਈ ਕੱਪੜੇ ਨਾ ਪੜੇਗੇ ਹੈ ਆਪਣੇ ਕੱਪੜੇ ਪਾੜ ਕੇ ਮੈਂ ਕਹਿੰਨਾ ਉਹਨੇ ਨਾ ਸੁਥਣ ਲਾਗਣੇ ਦੀ ਮੈਨੂੰ ਯੂਜ਼ ਕਰਨੇ ਪੈਂਦੇ ਨੇ ਕਿਉਂਕਿ ਭਲੇ ਮਾਂ ਸਭੀ ਵੀਰ ਨਾਲ ਬਹੁਤ ਪਿਆਰ ਕਰਦਾ ਠੀਕ ਹੈ ਮੈਂ ਯਾਰ ਮੈਂ ਦੋ ਵੀਡੀਓ ਚ ਗਾਲਾਂ ਕੱਟ ਕਰ ਦਿੱਤੀਆਂ ਸੀ ਤੇ ਮੈਂ ਹੌਲੀ ਹੌਲੀ ਹੋਰ ਕੱਟ ਕਰਨੀਆਂ ਸੀ ਤੇ ਉਹਨੇ ਕੱਟ ਕਰਾ ਦੇਣੀਆਂ ਸੀ ਇਹਨਾਂ ਨਾਲ ਗੱਲ ਕਰਕੇ ਕੱਟ ਕੀ ਉਹਨੇ ਬੰਦ ਹੀ ਕਰਾ ਦੇਣੀਆਂ ਸੀ ਪਰ ਇਹਨਾਂ ਸਾਲਿਆਂ ਇਹ ਵਾਕੇ ਚਾਹਦੇ ਨੇ ਕਿ ਇਹਨਾਂ ਦੀ ਕੁੱਤੇ ਖਾਣੀ ਹੋਵੇ ਚਾਹਦੇ ਨੇ ਜੇ ਮੈਂ ਗੱਲਾਂ ਕੱਢਦਾ ਉਹਦਾ ਉਹਦੀ ਉਹਦੀ ਜ਼ਿੰਮੇਵਾਰੀ ਸਿਰਫ ਮੇਰੀ ਏ ਇਹ ਨਹੀਂ ਕਿ ਮੇਰੇ ਯਾਰਾਂ ਨੂੰ ਉਹਦੇ ਚ ਭੰਡਿਆ ਜਾਵੇ ਅਸੀਂ ਦੀ ਕਦੇ ਯਾਰਾਂ ਨੂੰ ਭੰਡਿਆ ਜਿਹੜੇ ਦੇ ਨਾਲ ਹੁੰਦੇ ਸੀ ਪਹਿਲਾਂ ਹੈ ਭੰਡਿਆ ਨਹੀਂ ਨਹੀਂ ਭੰਡਿਆ ਕਿਉਂਕਿ ਉਹਨਾਂ ਦਾ ਕੋਈ ਕਸੂਰ ਏ ਕਸੂਰ ਇਸ ਬੰਦੇ ਦਾ ਜਿਹਦਾ ਚੈਨਲ ਏ ਮੈਂ ਕਹਿਆ ਨਹੀਂ ਇੱਕ ਵਾਰੀ ਬਾਲੂ ਸ਼ਈਆਂ ਲੈਣ ਗਏ ਸੀ ਉੱਥੇ ਤੇ ਉੱਥੇ ਹੈ ਉਹ ਕਿਹੜੀ ਟਿਮੋਟਨ ਤੇ ਇਹ ਯਾਰ ਨੇ ਹਾਲੇ ਕਹਿਆ ਸੀ ਕੁੜੀਆਂ ਨੂੰ ਵੀ ਬਾਲੂ ਸ਼ਾਹੀਆਂ ਦੇ ਦੋ ਆਰਡਰ ਕਰਦੇ ਕਰਦੇ ਪਰ ਕੈਮਰਾ ਕਿੰਨੇ ਫੜਿਆ ਸੀ ਮੈਂ ਸਾਰਾ ਸਾਰਾ ਇਹਦੇ ਸਿਰ ਭੰਡਿਆ ਸੀ ਕਿਉਂ ਉਹਨਾਂ ਦਾ ਕੀ ਕਸੂਰ ਹੈ ਉਹ ਤਾਂ ਨੋਰਮਲ ਉਹ ਥੋੜਾ ਵਲੋਗ ਵਲੋਗ ਦੀ ਬਣਾਉਂਦੇ ਬੜਾ ਜ਼ਿੰਦਗੀ ਚ ਕਰ ਦਿੰਦਾ ਜਾਂਦੇ ਨਹੀਂ ਝਰਕਦਾ ਪਰ ਤੁਸੀਂ ਉਹਨੂੰ ਕੈਮਰੇ 'ਚ ਦਿਖਾਓ ਗਲੋਰੀਫਾਈ ਕਰੋ ਬੱਚੇ ਉਹ ਤੂੰ ਕੀ ਸਖਣਗੇ ਹੈ ਅੱਜ ਤੂੰ ਕੀ ਕੀਤੀ ਚਲ ਤੂੰ ਕਰ ਲਈ ਤੇਰੇ ਤੱਕ ਸੀਮਤ ਹੈ ਤੇਰੀ ਵੀਡੀਓ ਵੇਖ ਕੇ ਅੱਗੇ ਕਰ ਹੁਣ ਕਲਚਰ ਚੱਲ ਹੀ ਪਿਆ ਟੀਮ ਆਰਡਰ ਤੇ ਜਿਹੜਾ ਜਾਂਦਾ ਉਹ ਹੀ ਡਰਾਈਵ ਤੇ ਕੁੜੀਆਂ ਨੂੰ ਕਹਿੰਦਾ ਬਾਲੂ ਸ਼ਾਹੀਆਂ ਦੇ ਦੋ ਬਾਲੂਛਾਈਆਂ ਦੇ ਦੋ ਵੀ ਸਾਲੇ ਤੁਹਾਡੇ ਬੇਬੇ ਨੇ ਤਾਂ ਬਾਲੂਛਾਈਆਂ ਬਣਾਈਆਂ ਨੇ ਛੱਤਰ ਮਾਰਿਆ ਕਰੋ ਮੈਂ ਭੈਣਾ ਨੂੰ ਕਰਨਾ ਛੱਤਰ ਮਾਰਿਆ ਕਰੋ ਕੈਮਰੇ ਨਾਲ ਫੋਟੋ ਖਿੱਚ ਲਿਆ ਕਰੋ ਜਿਹੜਾ ਇਦਾਂ ਦਾ ਗੰਦਾ ਬੰਦਾਨਾ ਮੰਗਤੇ ਹਰਗਾ ਮੈਨੂੰ ਸੈਂਡ ਕਰਿਆ ਕਰੋ ਮੈਂ ਚਲਾਇਆ ਕਰਾਂਗਾ ਇੱਥੇ ਇਹਨਾਂ ਦੇ ਪਿਓ ਦਾ ਨਹੀਂ ਰਾਜ ਕੁੜੀਆਂ ਨੂੰ ਭੈਣ ਚ ਦਬਾਗ ਰੱਖਦੇ ਨੇ ਸਾਲੇ ਨਚਾਰ ਬਣਾ ਕੇ ਰੱਖਣਾ ਚਾਹੁੰਦੇ ਨੇ ਸਿਰਫ ਕੁੜੀ ਨੂੰ ਨਚਾਰ ਤੇ ਟਿਕਟੋਕ ਤੇ ਉੱਥੇ YouTube ਤੇ ਆਵੇ ਬਸ ਉਹਨੂੰ ਅਸੀਂ ਦਿਖਾਈਏ ਕਮਾਈ ਕਰੀਏ ਸਾਬੀ ਵੀਰ ਇੰਦੀ ਹੋਰਾਂ ਦੀ ਸੋਚ ਹੈ ਕਿ ਕੁੜੀਆਂ ਇਹ ਸਾਲੇ ਸਾਡੀਆਂ ਮੈਂ ਕਹਿੰਦਾ ਮੇਰੀ ਭੈਣ ਮੇਰੀ ਸੱਕੀ ਭੈਣ ਸ਼ਾਰਟਸ ਪਾ ਲੈਣਾ ਮੈਨੂੰ ਪ੍ਰੋਬਲਮ ਨਹੀਂ ਹੋਵੇਗੀ ਅਗਰ ਉਹ ਕਬੱਡੀ ਚ ਜਾਏਗੀ ਅਗਰ ਉਹ 올림픽 ਚ ਜਾਏਗੀ ਸ਼ਾਰਟ ਪਾ ਕੇ ਭਾਵੇਂ ਜਿਹੜੀ সুইਮਿੰਗ ਨੂੰ ਪਤਾ ਉਹੁੰਦੇ ਨੇ সুইਮਿੰਗ ਪੂਲ ਚ ਪਤਾ ਇਹ ਤਾਂ ਕਰਦੇ ਨੇ ਉਹ ਕਿਹੜੇ ਖੇਡਾਂ ਹੁੰਦੀਆਂ ਨੇ ਉਹ ਚ ਬਿਕਨੀ ਪਾਉਂਦੀਆਂ ਨੇ ਮੇਰੀ ਭੈਣ ਬਿਕਨੀ ਵੀ ਪਾਲੇਗੀ ਮੈਂ ਠੇ ਠੇ ਘਠੋ ਕੇ ਕਹਿੰਦਾ ਪਿਆ ਮੇਰੀ ਭੈਣ ਬਿਕਨੀ ਵੀ ਪਾਲੇਗੀ ਨਾ ਮੈਨੂੰ ਉਸ ਗੱਲ ਤੋਂ ਪ੍ਰੋਬਲਮ ਨਹੀਂ ਹੋਏਗੀ ਪਰ ਮੇਰੀ ਭੈਣ ਬਿਕਨੀ ਪਾ ਕੇ ਟਿਕਟੌਕ ਤੇ ਹੈਗੀ ਨਾ ਤੇ ਉਹਦਾ ਮੈਂ ਗਲਾ ਵੜਦਾਗਾ ਇਹ ਭਰਾ ਗੱਲ ਹੁੰਦੀ ਏ ਤੁਹਾਡੇ ਚ ਹਰ ਵਾਰੀ ਨਾ ਉਸ ਗੱਲ ਨੂੰ ਮਸਾਲਾ ਤੁਸੀਂ ਦਿੰਦੇ ਹੋ ਉਹ ਤੁਹਾਡੇ ਕੰਮ ਨਹੀਂ ਚੱਲਨੇ ਹੁਣ ਆ ਗਏ ਨੇ ਚੈਨਲ ਸਹੀ ਤੇ ਤੁਹਾਡੇ ਜਿਹੜੇ ਬਗਵਾਸ ਹੀ ਨਾ ਵੀ ਕੁੜੀਆਂ ਨੂੰ ਬਸ ਇਦਾਂ ਰੱਖੋ ਉਹ ਤੁਹਾਡੇ ਹੁਣ ਮੈਂ ਤੁਹਾਨੂੰ ਕਿਹਾ ਬੋਰੀਆ ਇਸ ਤਰ੍ਹਾਂ ਬਨੋ ਆਪਣਾ ਹੁਣ ਅੱਛਾ ਗੱਲ ਫੇਰ ਮੈਂ ਲੈਣਾ ਉਸ ਪਾਸੇ ਨਚੋੜੇ ਵੇ ਕਿ ਕਹਿੰਦਾ ਵੀ ਯਾਰ ਉਹਦੇ ਬੰਦੇ ਦਾ ਪਤਾ ਉਹਦੀ ਸੰਗਤ ਨੂੰ ਲੱਗਦਾ ਤੇ ਤੇਰੇ ਹੱਕ ਚ ਕੋਈ ਕੁੱਤਾ ਪਿੰਡ ਦਾ ਕੁੱਤਾ ਨਹੀਂ ਆਇਆ ਸਿਰਫ ਤੇਰਾ ਭਰਾ ਕੁੱਤਾ ਆਇਆ ਉਹ ਇੱਕ ਵਾਰੀ ਚੇਪੜ ਆਇਆ ਜਿਹਦੇ ਨੇ ਵੀਡੀਓ ਬਣਾਈ ਸੀ ਵੀ ਮੈਂ ਸਭੀ ਉਹ ਐਡੀ ਸਪੋਰਟ ਚ ਆਇਆ ਪੰਜਾਬੀ ਮੰਗ ਤੇ ਰਿਸਪੋਰਟ ਮੈਂ ਕਰਦਾ ਤੇ ਉਹ ਸਪੋਰਟ ਇਸ ਕਰਕੇ ਕਰਦਾ ਪਿਆ ਵੇ ਕਿ ਇਹ ਕਲਚਰ ਨੂੰ ਪ੍ਰਮੋਟ ਕਰਦਾ ਵਾ ਕਲਚਰ ਕਦੀ ਥੰਬਨੇਲ ਤੇਰੇ ਭਾਪੇ ਨੇ ਤੇਰੇ ਥੰਬਨੇਲ ਕਦੀ ਪੰਜਾਬੀ ਭਾਸ਼ਾ ਦਾ ਲਾਇਆ ਨਹੀਂ ਕਦੀ ਕਦੀ ਗੁਰਮੁਖੀ ਲਿਖੀ ਨਹੀਂ ਹੈ ਕਦੀ ਥੰਬਨੇਲਾਂ 'ਚ ਗੁਰਮੁਖੀ ਨਹੀਂ ਲਿਖੀ ਅੰਗਰੇਜ਼ੀ ਜਿੰਨੀ ਹੋਵੇ ਸਾਲਾ ਬੋਲ ਦਵੇ ਇਹ ਪੰਜਾਬੀ ਦੀ ਸੇਵਾ ਕਰਦਾ ਪਿਆ ਹਰਦੂ ਲਾਣ ਤੇ ਤੇਰੇ ਚੇਪੜਾ ਝੂਠ ਬੋਲਣ ਤੇ ਤੇ ਸਾਬੀ ਵੀਰ ਦੇ ਹੈਸ਼ਟੈਗ ਚੱਲੇ ਨੇ ਟਵਿੱਟਰ ਤੇ ਇੰਸਟਾਗ੍ਰਾਮ ਤੇ ਹੈਸ਼ਟੈਗ ਚੱਲੇ ਨੇ ਆਈ esport ਸਾਬੀ ਆਈ esport ਅਰਜੰਟ ਢਿੱਲੋ esport ਚ ਆ ਉਹ ਪੰਜਾਬੀ ਗਾਣੇ ਵਾਲਾ ਮੁੰਡਾ ਅਰਜੰਟ ਢਿੱਲੋ ਢੋਡੀ esport ਚ ਕੋਣ ਆ ਸਿੱਧੂ ਮੂਸੇਵਾਲੇ ਦੀ ਛੱਡਦਾ ਰਹਿੰਦਾ ਸਿੱਧੂ ਸਿੱਧੂ ਸਾਲਿਆ ਪੇ ਲੈਜੈਂਡ ਬਣੇ ਨੇ ਉਹ ਜੱਬਲ ਮਾਰਾ ਪੇ ਮੈਂ ਪੰਜਾਬ ਦਾ ਨੰਬਰ 1 ਯੂਟਿਊਬਰ ਆ ਆ ਮੰਗਤਾ ਮੈਂ ਪੰਜਾਬ ਦਾ ਤੁਹਾਨੂੰ ਕਿੰਨੇ ਸਾਲਿਓ ਇਹ ਤਗਮੇ ਦਿੱਤੇ ਨੇ ਕਿਹੜਾ ਅਬਦੁਲ ਕਲਾਮ ਨੇ ਤੁਹਾਨੂੰ ਸਟੇਜ ਤੇ ਚਾੜ੍ਹ ਕੇ ਕਿਹਾ ਮੰਗਤਾ ਜੀ ਆਜ ਕੇ ਬਾਦ ਆਹਨ ਕੋ ਜੇ ਪ੍ਰੋਤਸਕਰ ਮਿਲਤਾ ਹੈ ਆਪ ਪੰਜਾਬ ਕੇ ਨੰਬਰ 1 ਯੂਟਿਊਬਰ ਹੈ ਕੋਈ ਟੋਡਾ ਪੈਣ ਆਪਣੇ ਆਪ ਹੀ ਲੜੇ ਆਪ ਹੀ ਸਾਲੇ ਵੋਟੀਆਂ ਇਦਾਂ ਦੇ ਇਹਨਾਂ ਦੇ ਕਰਤਾਰ ਨੇ ਤੇ ਜਿੱਤੇ ਕੋਣ ਨੇ ਇਹ ਆ ਆ ਆ ਪਾਪੇ ਤੇਰੇ ਜਿੱਤੇ ਨੇ ਸਾਲੇ ਤੋੜੀ ਇੰਨੀ ਔਕਾਤ ਨਹੀਂ ਕਿ ਤੁਸੀਂ ਫੋਨ ਤੇ ਆ ਕੇ ਪਿਉਣਾ ਗੱਲ ਕਰ ਜੋ ਆ ਤੁਹਾਡੀ ਕਾਰੇ ਵਿਹੜੇ ਚ ਮੰਗਾਨਾ ਹਜੇ ਤੱਕ ਭੈਣ ਦੇਣੀ ਸਾਲੇ ਵਿਹੜੇ ਚ ਮੰਗਾਨਾਵੇਂ ਬੁੜੀ ਦੇਣੀ ਵਿਹੜੇ ਜਾ ਜੋ ਵਿਹੜੇ ਜਾ ਜੋ ਪਤਾ ਲੱਗ ਗਿਆ ਤੁਹਾਡੇ ਕੈਰੈਕਟਰ ਦਾ ਫੋਨ ਆ ਜੋ ਹਿੰਦੀ ਚ ਸਵਾਲ ਤੇ ਇੰਦੀ ਜਸਵਾਲ ਨੂੰ ਇਹ ਲੈਂਡੀ ਕਿਉਂ ਕਹਿੰਦੇ ਨੇ ਕਸੂਰ ਇਹਦਾ ਨਹੀਂ ਆ ਇਹਦੇ ਮਾਪਿਓ ਨੇ ਇਹਨਾਂ ਨੂੰ ਐਨ ਨੂੰ ਮੰਗਤੇ ਨੂੰ ਐਨ ਕਾ ਵੀ ਲਵਾ ਕੇ ਦਿੱਤੀਆਂ ਸੀ ਪਰ ਉਹਦੇ ਨਾਲ ਕੋਈ ਫਰਕ ਨਹੀਂ ਪਿਆ ਉਹ ਭਰਾ ਕਿਉਂ ਕਿਉਂਕਿ ਜਦੂ ਦੀ ਮਾਂ ਪ੍ਰੈਗਨੈਂਟ ਸੀ ਨਾ ਮੰਗਤੇ ਦੀ ਇਹਦੇ ਪੇਟ 'ਚ ਮੰਗਤਾ ਸੀ ਤੇ ਪਤਾ ਹੈ ਖੇਤਾਂ 'ਚ ਰਹਿੰਦੇ ਨੇ ਘਰ ਉਹਨਾਂ ਦਾ ਕੱਲਾ ਫੌਜੀ ਦਾ ਪਿਓ ਉਹ ਫੌਜ 'ਚ ਹੀ ਤੇ ਉਹ ਕੱਲੀ ਹੀ ਘਰ ਤੇ ਉਹਨੂੰ ਲੱਗੀ ਭੁੱਖ ਤੇ ਤੁਹਾਨੂੰ ਪਤਾ ਹੈ ਹਿੰਦੀ ਰਿਸਰਚ ਕਰਦਾ ਤੱਥ ਲੱਭਦਾ ਰਹਿੰਦਾ ਉਹ ਕਿਤੇ ਇਹਨਾਂ ਦੇ ਘਰ ਦੇ ਅੱਗੂ ਲੰਘਿਆ ਨਾ ਰਿਸਰਚ ਕਰਦਾ ਪਿਆ ਸੀ ਇਹਦੀ ਮਾਂ ਕੱਲੀ ਭੁੱਖ ਲੱਗੀ ਹੈ ਸ਼ਿਕਰ ਦੁਪਹਿਰਾ ਇਹਨੇ ਵੇਖਿਆ ਕਹਿੰਦੀ ਕਾਕਾ ਮੈਂ ਪੇਟ ਤੂੰ ਆ ਕੋਈ ਚੀਜ਼ ਖਾਣ ਨੂੰ ਦੇ ਦੇ ਮੈਂ ਕੱਲੀ ਮਰ ਜਾਣਾ ਉਹਦੋਂ ਫੂਨ ਫਾਣ ਵੀ ਨਹੀਂ ਸੀ ਹੁੰਦੇ ਉਹ ਕਹਿੰਦਾ ਆਂਟੀ ਜੀ ਮੈਂ ਕੀ ਕਰਾਂ ਅਜ ਤਾਂ ਬੋਲ ਦਿੰਦਾ ਮੈਂ ਆਂਟੀ ਜੀ ਮੈਂ ਕੀ ਕਰਾਂ ਉਹ ਪੁੱਤਰ ਕੋਸ਼ ਕਰ ਮੇਰਾ ਪੁੱਤਰ ਹੈ ਮੇਰਾ ਢਿੱਡ 'ਚ ਮੇਰਾ ਬੱਚਾ ਮਰ ਜਾਣਾ ਇਹਨੇ ਭੁੱਖਾ ਕੁਝ ਕਰ ਉਹ ਕਹਿੰਦਾ ਮੈਂ ਕੀ ਕਰਾਂ ਕਹਿੰਦਾ ਟੱਟੀ ਕਰ ਦੇ ਉਹ ਵੀ ਉਹ ਭੁੱਖਾ ਪਾਣਾ ਸਵੇਰ ਦਾ ਉਹਨੇ ਟੱਟੀ ਗਿੱਦੀ ਨਿਕਲੀ ਲੈਂਡੀ ਇਹਦੀ ਮਾਂ ਨੇ ਉਹ ਹੀ ਖਾਧੀ ਉਦੋਂ ਦੀ ਇਹ ਦੇ ਦਬਾਜ ਉਹ ਲੈਂਡੀ ਫਸੀ ਹੈ ਹੁਣ ਜਿੱਥੇ ਵੀ ਵੇਖਦਾ ਨਾ ਭਾਬੀ ਨੂੰ ਵੇਖਦਾ ਇਥੇ ਲਿੰਡੀ ਹੈ ਭਰਾ ਨੂੰ ਵੇਖਦਾ ਅਟੋਂਗੀ ਬਬਲ ਇਥੇ ਲਿੰਡੀ ਹੈ ਪਿਓ ਨੂੰ ਵੇਖਦਾ ਇਹ ਤੇ ਲੇਡਾ ਹੈ ਮਾਂ ਨੂੰ ਵੇਖਦਾ ਉਹ ਵੀ ਲਿੰਡੀ ਦਿਖਦੀ ਡਾਕਟਰਾਂ ਨੇ ਬੜਾ ਇਲਾਜ ਕਰਾਇਆ ਐਂਡ ਕਾ ਵੀ ਲਵਾ ਕੇ ਜਿੰਦੀ ਪਰ ਉਹ ਨਹੀਂ ਜਾਨਦੀ ਨਹੀਂ ਪੀ ਕਿਉਂਕਿ ਜਦੋਂ ਪੇਟ 'ਚ ਬੱਚੇ ਨੇ ਜਿਹੜੀ ਚੀਜ਼ ਖਾਧੀ ਹੋਵੇ ਉਹ ਜਾ ਸਕਦੀ ਜਵੰਦ ਨੂੰ ਪ੍ਰੋਬਲਮ ਹੈ ਭਰਾ ਤੈਨੂੰ ਤੈਨੂੰ ਦਿਸਣਾ ਹੈ ਫਿਰ ਕਹਿੰਦਾ ਉਹਨੂੰ ਉਹ ਡੋਨੇਸ਼ਨ ਮੰਗਦਾ ਹੈ ਮੰਗਤਾ ਮੰਗਤਾ ਤੂੰ ਵੀ ਸਾਲਿਆ ਆਪਣਾ ਆਪਣਾ ਮੈਡਲ ਉਹਨੂੰ ਨਾ ਦੇ ਤੂੰ ਮੰਗਤਾਵੇਂ ਉਹ ਡੋਨੇਸ਼ਨ ਮੰਗਦਾ ਹੈ ਡੋਨੇਸ਼ਨ ਚ ਤੇ ਭੀਖ ਮੰਗਣ ਚ ਜ਼ਮੀਨ ਆਸਮਾਨ ਦਾ ਫਰਕ ਹੁੰਦਾ ਜੇ ਉਨਾ ਹੀ ਫਰਕ ਹੈ ਜਿੰਨਾ ਡਿਬੇਟ ਕਰਨ ਚ ਇੰਟਰਵਿਊ ਲੈਣ ਚ ਠੀਕ ਹੈ ਡੋਨੇਸ਼ਨ ਮੰਗਦਾ ਉਹ ਪੰਜਾਬ ਦਾ ਧਰੂਵ ਰਾਠੀ ਹੈ ਪੰਜਾਬ ਦਾ ਧਰੂਵ ਰਾਠੀ ਮੈਂ ਕਹਿੰਦਾ ਉਸ ਬੰਦੇ ਨੂੰ ਸੰਭਲੋ ਕੋਈ ਬੰਦਾ ਨੂੰ ਸਾਹਮਣੇ ਨਾ ਕੋਈ ਸਹੀ ਚੈਨਲ ਦਾ ਹੱਥ ਪਾ ਲੈਣਾ ਉਹਨੂੰ ਤੇ ਤੂੰ ਫਰੀडम ਹੈ ਤੈਨੂੰ ਪੂਰੀ ਆਜ਼ਾਦੀ ਜਿੱਦਾਂ ਮਰਜ਼ੀ ਗੱਲ ਕਰ ਮੈਂ ਕਹਿੰਦਾ ਸਰਕਾਰਾਂ ਹਲਾਗ ਰੱਖਦੇ ਉਹਨੇ ਅੱਜ ਤੱਕ ਕਿਤੇ ਨਹੀਂ ਗੱਲਾਂ ਦਾ ਜ਼ਿਕਰ ਕੀਤੀ ਮੇਰੇ ਕੋਲ ਰਿਕਾਰਡਿੰਗ ਵੀ ਪਈ ਹੋ ਸਕਦਾ ਤੇ ਮੈਂ ਤੁਹਾਨੂੰ ਕਿਸੇ ਵੀਡੀਓ 'ਚ ਦਿਖਾਵਾਂਗਾ ਉਹਨੂੰ ਪਾਇਲ ਗਸਤੋਗੀ ਦਾ ਫੋਨ ਆਇਆ ਸੀ ਪਾਇਲ ਗਸਤੋਗੀ ਦਾ ਉਹਦੀ ਬਹਿਸ ਹੋਈ ਸੀ ਉਸਦੇ ਨਾਲ ਉਹਨੇ ਉਹ ਲੰਬ ਕੱਢੀ ਉਹਦੀ ਉਹਨੇ ਪਤਾ ਨਹੀਂ ਕਿਹੜੀ ਗੱਲ ਨੂੰ ਨਹੀਂ ਪਾਇਲ ਨੂੰ ਨਹੀਂ ਪਤਾ ਪਰ ਮੈਨੂੰ ਮੇਰੇ ਕੋਲ ਰਿਕਾਰਡਿੰਗ ਆਦੀ ਉਹ ਕੱਢੀ ਫੇਰ ਇੰਡੀਆ ਟੀਵੀ ਨੇ ਉਹਦੀ ਖਬਰ ਚਲਾਈ ਵੀ ਇਹ ਬੰਦਾ ਅੱਤਵਾਦੀ ਖਾਲਿਸਤਾਨੀ ਹੈ ਤੇ ਵੀ ਭਾਰਤ ਚ ਉਹਦਾ ਟਵਿੱਟਰ ਬੈਨ ਹੈ ਭਾਰਤ ਚ ਟਵਿੱਟਰ ਉਸ ਬੰਦੇ ਦਾ ਬੈਨ ਹੈ ਮੋਦੀ ਉਹਦੇ ਟਵਿੱਟਰ ਤੋਂ ਡਰਦਾ ਹੈ ਉਹਦੇ ਉਹਦੇ ਟਵਿੱਟਰਾਂ ਤੋਂ ਡਰਦਾ ਹੈ ਮੋਦੀ ਤੇ ਇਹ ਕਹਿੰਦੇ ਨੇ ਵੀ ਇੰਡੀਆ ਜੋ ਇੰਡੀਆ ਜੋ ਇੰਡੀਆ ਜੋ ਸਾਲਿਆ ਅੱਗੇ ਮੁੰਡੇ ਸਾਡੇ ਫਸੇ ਨੇ ਜੱਗੀ ਜੋਲ ਵਰਗੇ ਭੇਜ ਕੇ ਤੇ ਤੁਹਾਡੇ ਤੁਸੀਂ ਉਹ ਜਿਹੜੇ ਬਿਆਨਤ ਸਿੰਘ ਕੈਪਟਨ ਮਿਲਿੰਦਰ ਬਾਦਲ ਤੁਸੀਂ ਉਸ ਕੈਟਾਗਰੀ ਚ ਜਾਂਦੇ ਹੋ ਤੇ ਇੰਡੀਆ ਨਾਲ ਉਸ ਕੈਟਾਗਰੀ ਚ ਹਵਾਰੇ ਵਾਲੀ ਕੈਟਾਗਰੀ ਭੁੱਲਰ ਵਾਲੀ ਕੈਟਾਗਰੀ ਚ ਇਹ ਉਹਦਾ ਕਰਦਾਰ ਹੈ ਉਹ ਖਾੜਕੂ ਸਿੰਘਾਂ ਵਾਲੀ ਕੈਟਾਗਰੀ ਜਾਂਦਾ ਤੇ ਤੁਸੀਂ ਉਹ ਜਿਹੜੇ ਸਿੱਖਾਂ ਦੀ ਨਸਲ ਕੁਸ਼ੀ ਕਰਦੇ ਹੋ ਕਰ ਹੀ ਨਹੀਂ ਰਹੇ ਹੋਣ ਤੁਹਾਨੂੰ ਕਿੰਨੇ ਕਿੰਨੇ ਉਹਨਾਂ ਨੇ ਕੀਤੇ ਸੀ ਮੈਸੇਜ ਇਹਨਾਂ ਨੇ ਬੱਚਿਆਂ ਨੇ ਸਟੂਡੈਂਟਾਂ ਨੇ ਪੀ ਪਾਜੀ ਤੁਸੀਂ ਸਾਡੇ ਸਿਰ ਤੂੰ ਚੜੇ ਹੋ ਸਾਡੇ ਹੱਕ ਚ ਬੋਲੋ ਜੀ ਦੂ ਉੱਥੇ ਕੈਨੇਡਾ ਚ ਮਸਲਾ ਬਣਿਆ ਹੀ ਪਰ ਇਹ ਬੰਦੇ ਨਹੀਂ ਬੋਲੇ ਹੁਣ ਨਵਾਂ ਮਸਲਾ ਸੁਣ ਲੋ ਹੁਣ ਇਹਦੇ ਤੇ ਆਜੋ ਆ ਲੰਡਰ ਕੀਰਤ ਤੇ ਆਜੋ ਹੈ ਜਦੋਂ ਮਸਲਾ 7 ਫਰਵਰੀ ਮੇ ਕੋ ਸਕਰੀਨਸ਼ਾਟ ਵੀ ਪੇ ਨੇ 7 ਫਰਵਰੀ ਤੋਂ ਇਹਨਾਂ ਨੂੰ ਲਿਖਣਾ ਸ਼ੁਰੂ ਕੀਤਾ ਹੈ ਸਟੂਡੈਂਟਾਂ ਨੇ ਵੀ ਬਾਜੀ ਸਾਡੇ ਹੱਕ ਦੇ ਵਿੱਚ ਕੋਈ ਪ੍ਰੋਟੈਸਟ ਕਰ ਦੋ ਧਰਨਾ ਕਰ ਦੋ ਅਸੀਂ ਇੰਡੀਆ ਗਏ ਆ ਇਸ ਗੰਝੇ ਇਸ ਲੰਡਰ ਕੀਰਤ ਦੇ ਘਰ ਵਾਲੇ ਦੇ ਭੈਣ ਚੋਂ ਇਹਨਾਂ ਨੂੰ ਤਾਂ ਹੀ ਮੈਂ ਕਹਿੰਨਾ ਇੰਨਾ ਹਰਾਮ ਦੇ ਤੇ ਉਮੀਦਾਂ ਨਾ ਲਾਓ ਨਾ ਲਾਓ ਇਨੂੰ ਆਪਣਾ ਹੀ ਰੋਣਾ ਮੰਨੋ ਤੋ ਡੀ ਨਾਲੇ ਬਾਣੀ ਫੜਨੀ ਹੁਣ ਉਹਨਾਂ ਸਟੂਡੈਂਟਾਂ ਨੇ ਕਿਹਾ ਵੀ ਭਾਜੀ ਸਾਡੇ ਹੱਕ ਚ आओ ਤੁਸੀਂ ਤੁਹਾਡੀ ਤੁਹਾਡੇ ਪਿੱਛੇ 2.5 ਲੱਖ ਬੰਦਾ ਲੱਗਾ ਆਪਾਂ ਗੈਦਰਿੰਗ ਕਰੀਏ ਅਜੇ ਲੋਕਡਾਊਨ ਨਹੀਂ ਲੱਗਾ ਹੋਣ ਲੱਗਾ ਨੇ ਕੋਈ ਬਹਾਨਾ ਵੇ ਚਲੋ ਹੁਣ ਤੇ ਨਹੀਂ ਕਰ ਸਕਦੇ ਪਰ ਉਦੋਂ ਕਰ ਸਕਦੇ 7 ਫਰਵਰੀ ਦਾ ਸਟੂਡੈਂਟ ਇਹਨਾਂ ਨੂੰ ਕਹਿ ਰਹੇ ਸਾਡੇ ਹੱਕ ਚ ਪਰ ਨਹੀਂ ਆ ਰਹੇ ਕੋਈ ਨਹੀਂ ਆ ਰਿਹਾ ਕਿਉਂਕਿ ਇਹਨਾਂ ਨੇ ਇੰਡੀਆ ਆਣਾ ਜਾਣਾ ਵੇ ਇਹਨਾਂ ਨੂੰ ਪਤਾ ਹੈ ਭੈਣ ਕਿਤੇ ਬੈਨ ਨਾ ਕਰ ਦੇਣ ਕੋਈ ਪਰ ਸੱਚ ਬੋਲਣਾ ਮਿੱਤਰਾ ਫਿਰ ਬੈਨ ਦੇ ਕਰਦੀਆਂ ਨੇ ਸਰਕਾਰਾਂ ਰ ਸੱਚ ਬੋਲ ਇਹ ਤੁਹਾਡੇ ਤੇ ਬੱਚੇ ਨਹੀਂ ਕੰਮ ਕਰ ਸਕਦੇ ਇਹ ਮਰਦ ਹੀ ਕੰਮ ਕਰ ਸਕਦੇ ਨੇ ਇਹ ਔਰਤਾਂ ਹੀ ਕੰਮ ਕਰ ਸਕਦੀਆਂ ਇਹ ਤੇਰੇ ਵਰਗੀਆਂ ਤੇਰੇ ਘਰ ਵਾਲੀਆਂ ਵਰਗੀਆਂ ਜਿਹੜੀਆਂ ਸ਼ਰਾਰੂ ਸ਼ਰਾਰੂ ਜਨਾਨੀਆਂ ਨਹੀਂ ਲੰਡਰ ਜਨਾਨੀਆਂ ਉਹ ਨਹੀਂ ਕਰ ਸਕਦੀਆਂ ਇਹ ਔਰਤਾਂ ਬੀਬੀ ਖਾਲਰਾ ਦੇ ਘਰ ਵਾਲੀ ਔਰਤ ਉਹ ਉਹ ਔਰਤਾਂ ਹੀ ਕੰਮ ਕਰ ਸਕਦੀਆਂ ਜਿਦਾ ਅੱਜ ਲੈਂਬਰ ਹਸੈਨਪੁਰੀ ਦੇ ਘਰ ਉਹਨਾਂ ਨੇ ਪਵਾਈ ਨਹੀਂ ਜੱਫੀ ਉਹ ਮੀਡੀਆ ਸਾਲਾ ਸਾਰਾ ਭੈਣ ਦੇ ਘਰ ਤਰਾਂ ਤੇ ਲੱਗਾ ਹੀ ਉਹ ਔਰਤ ਆਈ ਉਹਨੇ ਔਰਤ ਵਾਲਾ ਕੰਮ ਕੀਤਾ ਔਰਤ ਸੀ ਅਗਲੀ ਔਰਤ ਔਰਤ ਬਣ ਕੇ ਅਗਲੀ ਆਈ ਉਹ ਜਿਹੜੀ ਕਮਿਸ਼ਨ ਵਾਲੀ ਲੇਡੀ ਸੀ ਉਹਨੇ ਘਰ ਜੋੜਿਆ ਇਹਨੂੰ ਕਹਿੰਦੇ ਨੇ ਅਸਲੀ ਔਰਤ ਤੇ ਤੁਸੀਂ ਸਾਲਿਓ ਡੰਗਰੋ ਮਾਂ ਤੇਰੀ ਨੇ ਚੀਕੂ ਬਣਾਉਣਾ ਸਿਖਾਤਾ ਆ ਸਿਖਾਤਾ ਕਦੀ ਕੋਈ ਚਰਾ ਪਿੱਛੇ ਐਡਕਟ ਹੋਗੀ ਬਾਬਾ ਐਡਾ ਕਿਸੇ ਗੰ ਕੀ ਮੈਂ ਗਾਲ ਕੱਢਾਂ ਯਾਰ ਪਿੱਛੇ ਸਾਲਾ ਮਤਰੇ ਚਿੱਤਣਾ ਦੇ ਪ੍ਰੈਸ ਲਾਣੀ ਮੇਰੇ ਤੇਰੀ ਮੈਨੂੰ ਤੇਰੀ ਸ਼ਕਲ ਇੰਨੀ ਕਿ ਪਹਿੜੀ ਲੱਗਦੀ ਨਾ ਮੈਂ ਵਾਕਿਆ ਸਹਾਰ ਪਾਣੀ ਤੇਰੇ ਮੂੰ ਚ ਵੀ ਭੈਣ ਚੁੱਦ 84 ਤੇ 6 ਦਿਨ ਲੋਕਾਂ ਦੀਆਂ ਚੁਗਲੀਆਂ ਕਰਦਾ ਪਿਆ ਦੋ ਦੋ ਦਿਹਾੜੀ ਚ ਵੀਡੀਓ ਪਾਣਾ ਪਿਆ ਸਾਲਿਆ ਕਿਤੇ ਕੋਈ 5 10 ਮਿੰਟ ਦੀ 84 ਦੇ ਵੀਡੀਓ ਪਾ ਲਾ ਨਹੀਂ ਤੈਨੂੰ ਪਤਾ ਮੈਂ ਪਾਈ ਇੱਥੇ ਰਹਿਣਾ ਅਗਲੇ ਆਨੇ ਤੇਰੇ ਹਾਰ ਪਾ ਕੇ ਜਾਣੇ ਨੇ ਘਰ ਤੈਨੂੰ ਪਤਾ ਹੈ ਸਾਰਾ ਪਤਾ ਹੈ ਕਿ ਸ਼ਿਵ ਸੈਨਾ ਵੇਖ ਲਈ ਆਰਆਰਐਸਐਸ ਨੇ ਮੇਰੀ ਵੀਡੀਓ ਵੇਖ ਲਈ ਪੀਏ ਬੋਲਿਆ ਹੈ ਸਿੱਖਾਂ ਦੇ ਹੱਕ ਚ ਸਾਨੂੰ ਕਿਤੇ ਛਿੱਤਰ ਪ੍ਰੇਡ ਨਾ ਜੇ ਤੁਸੀਂ ਤਾਂ ਨਹੀਂ ਬੋਲਦੇ ਤੁਸੀਂ ਤਾਂ ਨਹੀਂ ਬੋਲਦੇ ਫਿਰ ਲੰਡਰ ਕੀਰਤ ਦੀ ਮੈਂ ਗੱਲ ਕਰਦਾ ਪਿਆ ਸੀ ਵੀ ਸਟੂਡੈਂਟ ਇਹਨਾਂ ਨੂੰ ਵਾਹ ਲਾ ਕੇ ਥੱਕ ਗਏ ਨੇ ਵੀ ਸਾਡੇ ਨਹੀਂ ਬੋਲਦੇ ਇਹ ਨਹੀਂ ਬੋਲਦੇ ਉਹ ਕੱਲ ਪਰਸੋਂ ਕਹਿੰਦੀ ਫਾਰਮ ਭਰੋ ਫਾਰਮ ਭਰੋ ਗਾਇਸ ਫਾਰਮ ਫਾਰਮ ਬੇਬੇ ਦੇ ਚਤੜਾ ਚ ਦੇ ਦੇ ਫਾਰਮ ਜਦੋਂ ਤੁਸੀਂ ਨਾ ਹੈਸ਼ਟੈਗ ਚਲਾਉਂਦੇ ਹੋ ਜਦੋਂ ਤੁਹਾਨੂੰ ਕਹਿੰਦੇ ਪਈ ਉਹ ਕਿ ਆਓ ਸਾਡੇ ਹੱਕ ਚ ਬੋਲੋ ਬੋਲੋ ਉਹ ਤੁਸੀਂ ਬੋਲੇ ਨਹੀਂ ਹੁਣ ਫਾਰਮ ਭਰ ਲਓ ਫਾਰਮ ਭਰ ਕੇ ਤੇ ਮੈਂ ਕਹਿੰਦਾ ਭੈ ਅੱਛਾ ਹੁਣ ਵੱਡਾ ਖੁਲਾਸਾ ਕਰਾਂ ਪਿਛਲੀ ਵੀਡੀਓ 'ਚ ਮੈਂ ਕਿਹਾ ਸੀ ਕਿ ਜੇ ਮੈਂ ਝੂਠਾ ਨਾ ਮੈਂ ਜੇ ਮੈਂ ਝੂਠਾ ਦੇ ਆਪਣੇ ਵਾਲਾਂ ਦਾ ਟੈਸਟ ਕਰਾਵੇ ਛੱਡੋ ਵਾਲਾਂ ਦਾ ਟੈਸਟ ਮੈਂ ਕਹਣਾ ਜੇ ਮੈਂ ਝੂਠਾ ਨਾ ਇਹਨੂੰ ਕਹ ਆਪਣੇ ਪਾਸਪੋਰਟ ਦੀ ਲਾਸਟ ਪੇਜ ਲਾਸਟ ਪੇਜ ਜਿਹੜਾ ਪਾਸਪੋਰਟ ਦਾ ਉੱਥੇ ਦਿਖਾ ਉਹ ਦਿਖਾ ਜਿੱਥੇ ਮਾਪਿਆਂ ਦਾ ਨਾਮ ਲਿਖਿਆ ਹੁੰਦਾ ਇਹਦੇ ਪਿਓ ਦਾ ਨਾਮ ਚਮਕੌਰ ਸਿੰਘ ਅੱਗੂ ਚਮਟਾ ਦਿਓ ਹੁਣ ਚਮਕੌਰ ਸਿੰਘ ਅੱਗੂ ਚਮਟਾ ਦਿਓ ਕੀ ਰਹਿ ਗਿਆ ਹਾਂ ਉਹ ਇਹਦੇ ਪਿਓ ਦਾ ਨਾਮ ਹੈ ਤੁਸੀਂ ਵੀ ਕਹਣਾ ਕੀ ਅੱਧਾ ਜਨਾਨੀਆਂ ਵਾਲਾ ਦਾ ਪਿਓ ਦਾ ਬੰਦੇ ਵਾਲਾ ਨਾਮ ਪਰ ਹਕੀਕਤ ਇਹਹੀ ਇਹਦੇ ਪਿਓ ਦਾ ਨਾਮ ਹੈ ਇਹਨੂੰ ਕਹ ਹਿੰਮਤ ਦੇ ਦਿਖਾ ਵੱਡਾ ਖੁਲਾਸਾ ਇਹ ਵੇ ਹੁਣ ਕਿ 9 ਅਪ੍ਰੈਲ ਨੂੰ ਮਰ ਗਈ ਇਸ ਲੰਡਰ ਕਿਰਤ ਦੀ ਪੂਆ ਪਰ ਇਹ ਜਨਾਨੀ ਕੀ ਕਰਦੀ ਵੀ ਵਲੋਗ ਵੇਖ ਲਓ ਕੱਢ ਕੇ ਬੇਸ਼ੱਕ 9 ਅਪ੍ਰੈਲ ਵਾਲਾ ਆ ਕਰਦੀ ਵੀ ਸਮਤਾ ਜੋਗੀ ਨਾ ਹੋਟਲ ਚ ਸਿਡਨੀ ਕੋਈ ਇਹਨਾਂ ਨੂੰ ਲੈਣਾ ਤੇ ਲੈਣ ਨੂੰ ਸਕੇ ਆ ਆਪਣੇ ਸਕੇ ਆ ਰਿਸ਼ਤੇਦਾਰਿਆਂ ਨਾਲ ਇਹਨਾਂ ਨੂੰ ਲੈਣਾ ਦੇਣਾ ਨਹੀਂ ਤੇ ਤੁਸੀਂ ਕੀ ਕਹਿੰਦੇ ਤੁਹਾਡੇ ਹੱਕ ਜਾ ਜਾਣਗੇ ਹਮੇਸ਼ਾ ਉਸ ਬੰਦੇ ਨੂੰ ਸਪੋਰਟ ਕਰੋ ਜਿਹੜਾ ਦਮ ਰੱਖਦਾ ਹੈ ਇੰਦੀ ਨੂੰ ਸਪੋਰਟ ਕਰੋ ਅਗਲਾ ਡਰਦਾ ਨਹੀਂ ਕਿਸੇ ਦੇ ਪਿਓ ਤੋਂ ਵੀ ਸਭੀ ਨੂੰ ਕਰੋ ਉਹ ਕਿਸੇ ਦੇ ਪਿਓ ਤੋਂ ਨਹੀਂ ਡਰਦਾ ਮੈਂ ਨਹੀਂ ਕਹਿੰਦਾ ਵੀ ਮੈਨੂੰ ਕਰੋ ਪਰ ਡਰਦੇ ਅਸੀਂ ਵੀ ਕਿਸੇ ਦੇ ਪਿਓ ਤੂੰ ਨਹੀਂ ਡਰੀਦਾ ਉਸ ਨੀਲੀ ਛੱਤ ਵਾਲੇ ਤੋਂ ਹੋਰ ਸਾਲਾ ਕੋਈ ਦੁਨੀਆ ਤੇ ਕੋਈ ਇਦਾਂ ਦਾ ਬੰਦਾ ਨਹੀਂ ਪੈਦਾ ਹੋਇਆ ਜਿਹੜਾ ਡਰਾ ਜੇ ਡਰਨਾ ਤੇ ਤੁਸੀਂ ਵੀ ਨਾ ਡਰੋ ਕੋਈ ਜਿਹੜਾ ਸੱਚਾ ਬੰਦਾ ਮੈਂ ਕਹਿੰਦਾ ਅਸੀਂ ਮੈਂ ਹੀ ਨਾ ਡਟੂ ਖਾਵਾਂ ਤੁਸੀਂ ਵੀ ਕਿਸੇ ਬੰਦੇ ਤੋਂ ਕੋਈ ਡਰਨ ਦੀ ਲੋੜ ਨਹੀਂ ਸੱਚ ਖੜੇ ਸੱਚ ਤੇ ਰੋ ਭੈਣ ਜਦ ਸੱਚ ਤੇ ਰੋਗੇ ਨਾ ਆ ਵੇ ਝੂਠ ਝੂਠ ਹੈ ਨਾ ਅੰਮ੍ਰਿਤ ਦੀ ਸ਼ਕਲ ਵੇ ਲੋ 30 ਦਾ ਸਾਲਾ 50 ਦਾ ਨਹੀਂ ਲੱਗਦਾ ਸ਼ਕਲ ਇਦਾਂ ਦੀ ਹੈ ਡਰਦਾ ਛੜਦਾ ਵੇ ਮੇਰੀ ਉਮਰ ਤੁਹਾਨੂੰ ਕਿੰਨੀ ਲੱਗਦੀ ਹੋਏਗੀ ਮੇਰੀ ਉਮਰ ਸਾਲੀ ਕੋ 32 ਸਾਲ ਹੈ ਫਿਰ ਵੀ ਭੈਣ ਨਾ ਕੋਈ ਚਿੱਟਾ ਵਾਲ ਹੈ ਨਾ ਕੋਈ ਮੁੰਡਿਆ ਅਦਾਂ ਮੈਂ ਦਾੜੀ ਦੂੜੀ ਨਹੀਂ ਕਰਦਾ ਮੈਂ ਕੱਟਾਂ ਦੇ ਸਾਲੇ ਮੈਨੂੰ ਸਾਰੇ ਬਾਈ ਬਾਈ ਸਾਲਾਂ ਦਾ ਕਹਿੰਦੇ ਨੇ ਕੋਈ ਵਿੜਿਆਈ ਨਹੀਂ ਵੈਸੇ ਤੁਹਾਨੂੰ ਮੈਂ ਗੱਲ ਦੱਸੀ ਵੀ ਛੜੋ ਨਾ ਜਲਸ ਨਾ ਕਰੋ ਮਜੇ ਕਰੋ ਸੱਚ ਤੇ ਰਹੋ ਜੋ ਸੱਚ ਨੂੰ ਲੈ ਕੇ ਆਓ ਭਾਵੇਂ ਲੋਕੀ ਕਿਹੜੀ ਜਲਸੀ ਕਰਦਾ ਸੜਦਾ ਸੜਨ ਸੁਣਨ ਵਾਲੇ ਕੋਈ ਕਿਸੇ ਨੂੰ ਨਹੀਂ ਸੜਦਾ ਹੁੰਦਾ ਸੜਦੇ ਤੁਹਾਡੇ ਆਪਣੇ ਹੀ ਹੁੰਦੇ ਨੇ ਬਗਾਨੇ ਬਗਾਨੇ ਨਹੀਂ ਸੜਦੇ ਹੁੰਦੇ ਸੜਦੇ ਤੁਹਾਡੇ ਤਾਏ ਚਾਚੇ ਦੇ ਹੁੰਦੇ ਨੇ ਬਗਾਨਿਆਂ ਨੂੰ ਤੁਹਾਡੇ ਤੇ ਕੋਈ ਲੈਣਾ ਦੇਣਾ ਨਹੀਂ ਹੁੰਦਾ ਬਗਾਨੇ ਇਹੀ ਕਹਿੰਦੇ ਹੁੰਦੇ ਨੇ ਵੀ ਇਹ ਬੰਦਾ ਗੰਦਾ ਵੇ ਇਹਨੂੰ ਭੈਣ ਤੇ ਦੂਰ ਹਟਾਇਆ ਜਾਵੇ ਬਸ ਇਹਨੂੰ ਸਾਫ਼ ਕੀਤਾ ਜਾਵੇ ਗੱਦ ਨੂੰ ਬਗਾਨੇ ਇਹੀ ਕਹਿੰਦੇ ਨੇ ਬਗਾਣਿਆਂ ਨੂੰ ਕੋਈ ਤੁਹਾਡੀ ਗੱਡੀਆਂ ਹੋਣ ਪੈਸੇ ਹੋਣ ਕਿ ਕੀ ਅਸੀਂ ਛੜ ਛੜ ਕੇ ਕੀ ਵੀ ਸਾਨੂੰ ਤੁਸੀਂ ਗੱਡੀਆਂ ਦੇ ਦੋਗੇ ਇਦਾਂ ਦਾ ਕੰਮ ਨਹੀਂ ਹੁੰਦਾ ਹੁੰਦਾ ਲੰਡਰ ਕੀਰਤ ਦੀ ਗੱਲ ਹੁੰਦੀ ਪੀਜੀ ਭੂਆ ਮਰੀ ਸੱਕੀ ਇਸ ਕੁੜੀ ਨੇ ਇੱਕ ਵਾਰੀ ਨਹੀਂ ਬੋਲਿਆ ਉਸਤੇ ਇੱਕ ਵਾਰੀ ਬੋਲੀ ਤਾਇ ਬੜੀ ਬੜੀ ਜਲਦੀ ਬੋਲ ਦਿੱਤਾ ਉਹ ਵੀ ਇਸ ਕਰਕੇ ਕਿਉਂਕਿ ਤਾਇਆ ਇਹਨਾਂ ਦਾ ਇਹਨਾਂ ਨੂੰ ਪਲਾਟ ਦੇ ਗਿਆ ਸੀ ਦੇ ਨਹੀਂ ਸੀ ਗਿਆ ਇਦੇ ਪਿਓ ਨੇ ਗੂਠਾ ਲਵਾਇਆ ਇਹਦੇ ਇਹਦੇ ਤਾਏ ਦਾ ਗੂਠਾ ਪਲਾਟ ਦੇ ਉੱਤੇ ਉਹ ਵਿਚਾਰਾ ਉਸੇ ਗਮਚੇ ਮਰ ਗਿਆ ਮੈਂ ਕਹਿੰਦਾ ਜਿੰਮੇ ਵੀ ਗੱਲਾਂ ਝੂਠੀਆਂ ਨੇ ਨਾ ਜੇ ਇਹਦੀ ਭੂਆ ਨਹੀਂ ਉਦਨ ਮਰੀ ਨੋ ਅਪ੍ਰੈਲ ਨੂੰ ਮੈਂ ਕਹਿੰਦਾ ਇਹ ਕਹਿੰਦੇ ਨੇ ਨਾ ਵਿਊ ਲੈਣੇ ਨੇ ਇਹਨਾਂ ਨੇ ਸਾਨੂੰ ਤਾਂ ਕਹਿੰਦੇ ਡਿਬੇਟ ਤੇ ਆਜੋ ਤੁਸੀਂ ਸਾਲਿਓ ਇੰਸਟਾਗ੍ਰam ਤੇ ਆਜੋ ਵਿਊ ਹਣਾ ਸਾਨੂੰ ਉਧਰ ਮੇਰੇ 2000 ਆਪਣੇ ਪੇਜ ਤੇ ਮਗਾਲੋ ਸਾਲਿਓ ਜੇ ਤੁਸੀਂ ਐਡੇ ਸੱਚੇ ਹੋ ਤੇਰੀ ਭੂਆ ਕੁੜੀਏ ਮਰੀ 9 ਤਰੀਕ ਤੇ ਤੂੰ ਪਾਉਂਦੀ ਰਹੀ ਗਿੱਧਾ ਹੈਂ ਪੋਟਲਾਂ ਚ ਤੈਨੂੰ ਕੋਈ ਉਹਦਾ ਤੂੰ ਜ਼ਿਕਰ ਵੀ ਨਹੀਂ ਕੀਤਾ ਜਿਸ ਭੂਆ ਨੇ ਤੈਨੂੰ ਕਲੇਜਾ ਆਪਣਾ ਕੱਢ ਕੇ ਹੱਥ ਚ ਫੜਾ ਦਿੱਤਾ ਹੋਵੇ ਜਦੋਂ ਤੇਰੀ ਮਾਂ ਮਾਰਦੀ ਸੀ ਨਾ ਕਿ ਫਲਾਣੇ ਮੁੰਡੇ ਨਾਲ ਤੂੰ ਗੱਲ ਕਰਦੀ ਢਿੰਗੜੇ ਮੁੰਡੇ ਨਾਲ ਗੱਲ ਕਰਦੀ ਇਹਦੀ ਮਾਂ ਮਾਰਦੀ ਨੂੰ ਝਾੜੂਆਂ ਨਾਲ ਤੇਰੀ ਭੂਆ ਹੀ ਕੰਮ ਆਂਦੀ ਹੁੰਦੀ ਸੀ ਪਰ ਉਹਦੇ ਮਰੇ ਤੇ ਇਹਨੇ ਕੋਈ ਸ਼ਬਦ ਨਹੀਂ ਬੋਲਿਆ ਫੇਰ ਇਹਦੇ ਮਾਪਿਓ ਉਸ ਉਹ ਇਹਦੀ ਭੂਆ ਦੇ ਉਥੇ ਭੋਗ ਤੇ ਗਏ ਨੇ ਤੇ ਉਥੇ ਜਾ ਕੇ ਹੀ ਕਹਿਣ ਦੇ ਨੇ ਮੇਰੀ ਕੁੜੀ ਦਾ YouTube ਚੈਨਲ ਇਹਨੂੰ ਸਬਸਕ੍ਰਾਈਬ ਕਰ ਲਓ ਆ ਇਹਨਾਂ ਦੀ ਔਕਾਤ ਹੈ ਆ ਇਹਨਾਂ ਦੀ ਔਕਾਤ ਹੈ ਵੀ ਮਰਿਆਂ ਤੇ ਤੂੰ ਗਿਆ ਕੋਈ ਸਾਲਿਓ ਅਫਸੋਸ ਕਰੋ ਉਧਰ ਮੰਗਤੇ ਦੀ ਮਾਂ ਉਹ ਕਿਸੇ ਮਰੇ ਤੇ ਜਾਵੇ ਲਿਪਸਟਿਕ ਲੱਗ ਜਾਂਦੀ ਇਹ ਜਾਣ ਕਿਸੇ ਮਰਗ ਤੇ ਤੇ ਕਹਿੰਦੇ ਨੇ ਸਬਸਕ੍ਰਾਈਬ ਕਰ ਲਓ ਸਾਡੇ ਬੱਚਿਆਂ ਦਾ ਚੈਨਲ ਇਹ ਹੈ ਕੋਈ ਇਹ ਬੰਦਿਆਂ ਦੀ ਗੱਲ ਹੈ ਕੋਈ ਕੋਈ ਬੰਦਿਆਂ ਦੀ ਗੱਲ ਨਹੀਂ ਹੈ ਇਹ ਇਹਨਾਂ ਦਾ ਖੁਲਾਸਾ ਸੀ ਅੱਜ ਦਾ ਤੇ ਤਾਇਏ ਨੂੰ ਵੀ ਤਾਇਆ ਵੀ ਨਾ ਤੇ ਇਸੇ ਗਮ ਚ ਮਰਿਆ ਕਿਉਂਕਿ ਉਹਦੇ ਕੋਲ ਇੱਕ ਪਲਾਟ ਸੀ ਇਹਦੇ ਪਿਓ ਨੇ ਅੰਗੂਠਾ ਲਵਾ ਲਿਆ ਨੁਕਾ ਕਰੋ ਜੇ ਮੈਂ ਝੂਠਾ ਨੁਕਾਜੋ ਕਰ ਲੋ ਜਿੱਥੇ ਡਿਬੇਟਾ ਕਰਨੀਆਂ ਨੇ YouTube ਤੇ ਨਾ ਹੋਰ ਕਿਤੇ ਆਜੋ ਭੈਣ ਸਾਡੀ ਸ਼ਗਲਾਂ ਵੀ ਨੇ ਦਿਖਾਓ ਪਰ ਜੇ ਪਾ ਝੂਠੇ ਹੋਏ ਤਾਂ ਅੱਡੇ ਜਿ ਹਿੰਮਤ ਨਹੀਂ ਅੱਜ ਮੇਰਾ ਛੋਨਾ ਮੇਰਾ ਮੋਹਨਾ ਮੇਰਾ سپورਟ ਕਰਦਾ ਸਾਰੇ ਆਸੂ ਨੇ ਲੋਕੀ ਲੋਕਾਂ ਨੇ ਤੁਹਾਡੇ ਛੱਤਰ ਮਾਰਦੇ ਬਨੇ ਕਮੈਂਟਾਂ ਚ ਲੋਕੀ ਤੁਹਾਡੇ ਛੱਤਰ ਮਾਰਦੇ ਬਨੇ ਕਮੈਂਟਾਂ ਚ ਹੈ ਉਧਰ ਚਲੋ ਫੇਰ ਆਪਾਂ ਕਿਤੇ ਗੱਲ ਕਰਾਂਗੇ ਹੋਰ ਕਿਉਂਕਿ ਵੀਡੀਓ ਬੜੀ ਵੱਡੀ ਹੁੰਦੀ ਬੜੀਆਂ ਗੱਲਾਂ ਆ ਹੀ ਮੇਰੇ ਕੋਲ ਤੇ ਹੁਣ ਜੱਬਲ ਮਾਰਦਿਆਂ ਨੇ ਜੱਬਲ ਮਾਰਦੀ ਮੈਂ ਜਨਾਨੀ ਦੇ ਚਿੱਤਣਾ ਦੇ ਡੰਡਾ ਡੰਡਾ ਮਾਰਾਂ ਕਿਸੇ ਖੋਤੀ ਖੋਤੀ ਮਾਰੀ ਜੰਮੀ ਦੀ ਜਨਾਨੀ ਵੀ ਉਹ ਲਾਈਵ ਹੁੰਦਾ ਇਹ ਨਾਲ ਬਹਿ ਕੇ ਕਮੈਂਟ ਪੜਦੀ ਰਹਿੰਦੀ ਹੈ ਜਦੂ ਵੇਖਦੀ ਨਾ ਕਮੈਂਟ ਉਹਨੂੰ ਇਸ਼ਾਰਾ ਕਰਦੀ ਉਹ ਲਾਈਵ ਬੰਦ ਕਰ ਦਿੰਦਾ ਤਾਂ ਹੀ ਮੈਂ ਕਿਹਾ ਜੱਬਲ ਮਾਰ ਆਇਆ ਲਾਈਵ 1 ਮਿੰਟ 46 ਸੈਕਿੰਡ ਕੀਤਾ ਉਹਨੇ ਲਾਈਵ ਕਿਉਂ ਕਿ ਘਰ ਵਾਲੇ ਪਿੱਛੋਂ ਸ਼ਰੇ ਕਰਦੀ ਬੰਦ ਕਰਵਾ ਹਾਂ ਕਮੈਂਟ ਆ ਰਹੇ ਨੇ ਹੁਣ ਭਾਂ ਜੋ ਉਹਨਾਂ ਦੇ ਹੱਕ ਚ ਕਮੈਂਟ ਆ ਰਹੇ ਨੇ ਐਦਾਂ ਦੇ ਇਹਨਾਂ ਦੇ ਕਰਤਾਰ ਨੇ ਇਹ ਸਾਲੇ ਨੂੰ ਕੋਈ ਕੁੱਤਾ ਨਹੀਂ ਪੁੱਛਦਾ 9 ਲੱਖ ਜਿਸ ਬੰਦੇ ਦੇ ਫੋਲੋਅਰ ਹਨ ਉਹਨੂੰ 20 ਹਜ਼ਾਰ ਵਿਊ ਆਂਦੇ ਹੁਣ ਉਹ ਧੱਕੇ ਨਾਲ ਇਸ ਚਕੁੱਦਿਆ ਕਿ ਮੈਨੂੰ ਵੀ ਵਿਊ ਆਣ ਮੈਂ ਵੀ ਇਸ ਕੰਟਰੋਵਰਸੀ ਦਾ ਹਿੱਸਾ ਬਣਾ ਪੰਜਾਬ ਆ ਕੇ ਗੱਲ ਕਰੋ ਪੰਜਾਬ ਆ ਕੇ ਗੱਲ ਕਰੋ ਪੰਜਾਬ ਆ ਕੇ ਗੱਲ ਕਰੋ ਕੀ ਗੱਲ ਘਰ ਵਾਲੀ ਤੋਰੇਗਾ ਮੈਂ ਮੇਰੇ ਆ ਕੇ ਤੇਰੀ ਤੇਰੀ ਮੋਟਰ ਤੇ ਮਾ ਜਾਦਾ ਘਰ ਵਾਲੀ ਦੇਗਾ ਸਾਲਾ ਪੰਜਾਬ ਆ ਕੇ ਗੱਲ ਪੰਜਾਬ ਚ ਹੀ ਗਏ ਆ ਇੱਥੇ ਆਂਦੇ ਰਹਿਨੇ ਆ ਤੈਨੂੰ 70 ਵਾਰੀ ਸਮਝਾਇਆ ਸਾਲਾ ਤੇਰੇ ਦਿਮਾਗ ਤੇਰੇ ਵੀ ਤੇਰਾ ਦਿਮਾਗ ਥੋਥਾ ਸ਼ਰਾਬ ਪੀ ਵੀ ਹੋ ਗਿਆ ਤੇਰਾ ਦਿਮਾਗ ਪਿੱਤੇ ਨੂੰ ਕਹਿੰਨੇ ਵੇ ਅੱਛਾ ਪੰਜਾਬ ਆ ਕੇ ਤੇਰੇ ਨਾਲ ਛਿੱਕੂ ਗੱਲ ਕਰਨੀ ਸਾਲੇ ਜਿਹੜਾ ਬੰਦਾ ਆਡੀਓ ਵੀਡੀਓ ਕਾਲ ਹੀ ਨਹੀਂ ਕਰ ਸਕਦਾ ਉਹ ਭੈਣ ਜਦੋਂ ਉਸ ਬੰਦੇ ਨਾਲ ਅਸੀਂ ਇੱਥੇ ਤੁਸੀਂ ਘਰੋਂ ਬਾਹਰੀਆਂ ਨਿਕਲੋ ਸਾਡੀ ਟਿਕਟ ਸਾਲੇ ਐਵੇਂ ਹੀ ਬਰਬਾਦ ਕਰੋ ਕੋਈ ਹੈ ਤੱਕ ਉਹ ਤੇਰੇ ਖਸਮ ਤੇਰੇ ਮੰਗਤੇ ਨੂੰ ਵੀ ਭੇਜੀ ਟਿਕਟ 1200 ਦੀ ਫਰੈਸ਼ੀ ਨੇ ਉਹ ਵੀ ਨਹੀਂ ਸੀ ਆਇਆ ਮੈਨੂੰ ਭੇਜੀ 1000 ਦੀ ਵੀ ਚਲੋ ਤੁਸੀਂ ਚਲੋ ਇੰਡੀਆ ਉਹਨੇ ਸਾਲ ਨੇ ਟਿਕਟ ਹੀ ਨਹੀਂ ਵੇਖੀ ਇਹ ਤੁਹਾਡੀ ਔਕਾਤਾਂ ਨੇ ਤੇ ਪੰਜਾਬ ਆਜੋ ਪੰਜਾਬ ਆਜੋ ਪੰਜਾਬ ਆਜੋ ਮਾ ਕੇ ਤੇ ਪੰਜਾਬ ਆ ਗਏ ਨੇ ਤੇ ਇਹੀ ਜੁੱਤੀ ਲੈ ਗਿਆਣੀ ਤੇ ਤੇਰੇ ਮੂੰਹ ਤੇ ਮਾਰੀ ਜਾਣੀ ਮਾਰੀ ਜਾਣੀ ਮਾਰੀ ਜਾਣੀ ਤੂੰ ਸਾਲਿਓ ਕੋਈ ਕੰਮ ਨਹੀਂ ਕਰ ਮੈਂ ਤੈਨੂੰ ਇੱਕ ਗੱਲ ਦੱਸਾਂ ਤੁਸੀਂ ਸਾਲੇ ਜ਼ਿੰਦਗੀ ਚ ਕਦੀ ਮਿਹਨਤ ਨਹੀਂ ਕੀਤੀ ਤੇ ਤੁਹਾਡੇ ਮੂੰਹ ਐਡੇ ਕ ਪੋਲੇ ਨੇ ਨਾ ਮੈਂ ਤੇਰੇ ਮੂੰਹ ਤੇ ਜੁੱਤੀ ਮਾਰਾਂਗਾ ਨਾ ਤੇ ਸੱਤ ਜਨਮ ਤੇਰੇ ਆ ਜੁੱਤੀ ਦਾ ਨਿਸ਼ਾਨ ਨਹੀਂ ਜਾਣਾ ਉਸ ਤੋਂ ਬਾਅਦ ਭਾਵੇਂ ਏਸ਼ੀਨ ਪੇਂਟ ਕਰਾਵੀ ਤੇ ਭਾਵੇਂ ਬੁੱਢੀ ਆਪਣੀ ਦਾ ਮਸਕਰਾ ਲਾਂਦਾ ਰਹੀਂ ਇਹ ਇਹ ਦਾਗ ਨਹੀਂ ਜਾਣਾ ਜੁੱਤੀ ਦਾ ਇਹ ਤੇਰੇ ਵੀ ਜਿਹੜਾ ਤੇਰਾ ਮੰਗਤਾ ਯਾਰ ਹੈ ਉਹਦੇ ਵੀ ਤੇ ਨਾਲੇ ਢੋਂਗੀ ਬਾਬੇ ਦੇ ਜੇਕਰ ਮੈਂ ਪੰਜਾਬ ਆ ਗਿਆ ਤੁਹਾਡੀ ਮੈਂ ਇਦਾਂ ਦੀ ਰੇਲ ਬਣਾਂਗਾ ਅਜੇ ਤੱਕ ਮੈਂ ਤੁਹਾਨੂੰ ਕਹਿਣਾ ਪਿਆ ਵੀ ਸੋਚ ਦੀ ਲੜਾਈ ਏ ਇਹਨੂੰ ਫਿਜ਼ੀਕਲ ਨਾ ਬਣਾਓ ਤੇ ਜੇਕਰ ਫਿਜ਼ੀਕਲ ਤੇ ਆ ਗਏ ਨਾ ਤੁਹਾਡੀਆਂ ਮੈਂ ਤੈਨੂੰ ਕਹਿੰਦਾ ਮੈਂ ਸਾਈਕਲ ਦੇ ਪਿੱਛੇ ਬਣ ਕੇ ਤੈਨੂੰ ਘੜੀਸਣਾ ਗੱਡੀ ਤੇ ਵੀ ਨਹੀਂ ਗੱਡੀ ਤੇ ਮੈਂ 2 ਮਿੰਟ ਘੜੀਸ ਲਾਂਗਾ ਸਾਈਕਲ ਤੇ ਸਾਲਿਆ ਪੂਰੇ 10 ਮਿੰਟ ਘੜੀਸਾਂਗਾ ਚਿੱਤੜ ਚੁੱਤੜ ਤੇ ਮੈਂ ਇਹ ਪੂਰੇ ਪਲਾਨ ਕਰਦਨੇ ਨੇ ਜਿਹੜੇ ਮਾੜੇ ਮਾੜੇ ਪੁੰਗਰਦੇ ਮੈਂ ਤੇਰੇ ਚਿੱਤਰ ਵੱਡੇ ਹੋ ਰਹੇ ਨੇ ਉਹ ਤੇਰੇ ਮੈਂ ਸਹੀ ਕਰਦਨੇ ਨੇ ਠੀਕ ਹੈ ਬੱਚਿਆ ਪਿਓ ਨੂੰ ਮੈਸੇਜ ਕਰਦਾ ਵੀਰ ਜੀ ਵੀਰ ਜੀ ਕਹਿੰਦਾ ਉਹਦਾ ਦੁਨੀਆ ਦੇ ਸਾਹਮਣੇ ਸ਼ੇਰ ਬਣਿਆ। ਸਾਲਾ ਡਿਬੇਟ ਨਹੀਂ ਕਰਨੀ। ਸਾਡੇ ਕਹਿੰਦਾ ਮੈਂ 2.5 ਲੱਖ ਕੋਈ ਕਹਿੰਦਾ ਸਾਡੇ ਨਾਲ ਡਿਬੇਟ ਕਰਨੀ ਕੋਈ 2.5-3 ਲੱਖ ਤੁਹਾਡੇ ਤੇ ਫੋਲੋਅਰ ਹੋਣ ਤੇ ਸਾਡੇ ਨਾਲ ਡਿਬੇਟ ਕਰੋ। ਉਹ ਤੇਰੇ ਪਿਓ ਇੰਡੀ ਦੇ 15 ਲੱਖ ਨੇ ਉਹ ਕਰ ਲਾ। ਪੱਕਾ ਵਾ ਕਵਾਂ ਨੂੰ ਹਿੰਮਤ ਤੇ ਕਾਰੋ ਦੇ ਨਾਲ ਹਿੰਮਤੇ ਮੈਨੂੰ ਭੇਜ ਹੁਣ ਮੈਸੇਜ। ਮੈਂ ਤੈਨੂੰ ਮੈਸੇਜ ਭੇਜਦਾ ਮੈਂ ਅਗਲੀ ਵੀਡੀਓ 'ਚ ਦਿਖਾਵਾਂਗਾ ਤੁਹਾਨੂੰ ਮੈਸੇਜ। ਮੈਂ ਇਹਨੂੰ ਭੇਜਦਾ ਵੀ ਕਰ ਤੂੰ ਕਹਿੰਦਾ 2.5 ਲੱਖ ਹੋਣ जिते फॉलोवर ਆਹੀ ਉਹਦੇ ਨਾਲ ਡਿਬੇਟ ਕਰੀ ਦੀ ਹਿੰਦੀ ਦੇ 15 ਲੱਖ ਨੇ ਮੈਂ ਤੈਨੂੰ ਹੁਣੇ ਇਸ ਵੀਡੀਓ ਦੇ ਬਾਅਦ ਮੈਸੇਜ ਕਰਦਾ ਤੇ ਮੈਂ ਸਕਰੀਨਸ਼ਾਟ ਵੀ ਲਾਵਾਂਗਾ ਵਿੱਚੇ ਇਸੇ 'ਚ ਇਸੇ 'ਚ ਮੈਂ ਲਾਣਾ ਵੀ ਕਰ ਲੈ ਜੀ ਦੀ ਨਾਲ ਡਿਬੇਟ ਠੀਕ ਹੈ ਤੇ ਕਾਕਾ ਬੱਲੀ ਜੀ ਮੈਂ ਕਿਉਂ ਗੱਲ ਕੀਤੀ ਸੀ ਵੀਡੀਓ ਲੰਬੀ ਹੁੰਦੀ ਪਈ ਐ ਇਸ ਕਰਕੇ ਮੈਂ ਹਲਾ ਕੇ ਉਸ ਵੀਡੀਓ ਤੇ ਬਹੁਤ ਬੋਲਣਾ ਸੀ ਪਰ ਮੈਂ ਬੜੀ ਬੜੀ ਕੋਸ਼ਿਸ਼ ਕੀਤੀ ਮੈਂ ਘਟਾ ਘਟ ਤਿੰਨ ਚਾਰ ਵਾਰੀ ਪਰ ਉਹ ਵੀਡੀਓ ਬਹੁਤ ਜ਼ਿਆਦਾ ਹੁੰਦੀ ਪਈ ਵੱਡੀ ਹੋ ਜਾਂਦੀ ਪਈ ਅੱਛਾ ਕਾਕਾ ਬੱਲੀ ਜੀ ਮੈਂ ਇਸ ਕਰਕੇ ਕਰਕੇ ਗੱਲ ਕੀਤੀ ਸੀ ਵੀਡੀਓ ਦੇਖਿਓ ਜਰੂਰ ਇਹ ਨਾ ਸਮਝਿਓ ਕਿ ਉਹਨੇ ਸਾਬੀ ਦਾ ਤੇ ਇਟਲੀ ਵਾਲੇ ਦਾ ਫੋਟੋ ਲਾਈ ਏ ਤੇ ਉਹਨੇ ਉਹਦੇ ਹੱਕ ਚ ਗੱਲ ਕੀਤੀਗੀ ਨਹੀਂ ਉਹਨੇ ਉਹਨਾਂ ਦੇ ਹੱਕ ਚ ਗੱਲ ਨਹੀਂ ਕੀਤੀ ਹੋ ਸਕਦਾ ਉਹਨਾਂ ਨੇ ਤਾਂ ਨਹੀਂ ਇਹਨਾਂ ਲੋਗਰਾਂ ਦੀ ਫੋਟੋ ਲਾਈ ਕਿਉਂਕਿ ਉਹਨੂੰ ਪਤਾ ਹੈ ਸਟ੍ਰਾਈਕ ਸਟੋਰੀ ਕਿ ਮਾਰਾ ਛੱਡਦੇ ਨੇ ਹਨਾ ਤਾਂ ਨਹੀਂ ਛੱਡ ਉਹਨੇ ਫੋਟੋ ਲਾਈ ਕਦੀ ਵੀ ਕਿਤਾਬ ਦੀ ਜਿਲਦ ਵੇਖ ਕੇ ਹਸਾਬ ਨਾ ਲਾਓ ਵੀ ਇਹ ਕਿਤਾਬ ਜਿਹੜੀ ਵੀ ਖਰਾਬ ਹੀ ਹੋਣੀ ਹੈ ਹੈ ਵੀ ਗਲੀ ਜੀ ਜਿਲਦ ਤੇ ਦੀ ਇਹਦੇ ਚ ਕੀ ਲਿਖਿਆ ਹੈ ਉਹਨੂੰ ਖੋਲ ਕੇ ਵੇਖੋ ਤੇ ਕੰਮ ਵਾਲੀ ਗੱਲਾਂ ਹੋਣਗੀਆਂ ਤੇ ਇਹ ਵੀਡੀਓ ਜਰੂਰ ਵੇਖਿਓ ਕਿਉਂ ਮੈਂ ਇੱਕ ਛੋਟੀ ਜੀ ਤੁਹਾਨੂੰ ਗੱਲ ਦੰਦਣਾ ਇਸ ਵੀਡੀਓ ਚ ਇੱਕ ਸਿੰਪਲ ਜੀ ਗੱਲ ਉਹਨੇ ਸਮਝਾਈ ਬੜੇ ਸੋਖੇ ਵੇ ਨਾਲ ਹੈ ਨਾ ਬੜੇ ਆਸਾਨ ਤਰੀਕੇ ਨਾਲ ਪੀ ਅਸੀਂ ਜਿਸ ਚੀਜ਼ ਤੋਂ ਭੱਜ ਕੇ ਪੰਜਾਬ ਤੋਂ ਭੱਜ ਕੇ ਬਾਹਰਲੇ ਮੁਲਖਾਂ ਜਾਂਦੇ ਆ ਨਾ ਆ ਜਿਨ੍ਹਾਂ ਨੇ ਵੀ ਸਟ੍ਰਾਈਕਾ ਭੇਜੀਆਂ ਕੈਨੇਡਾ ਰਹਿੰਦਾ ਵੇ ਹੈ ਜਾਂ ਜਿਨ੍ਹਾਂ ਨੇ ਆਸਟ੍ਰੇਲੀਆ ਵਾਲੇ ਨੇ ਸਟ੍ਰਾਈਕਾ ਭੇਜੀਆਂ ਕਿਥੇ ਕਿੰਨੇ ਸੋਹਣੇ ਮੁਲਖਾਂ ਚ ਰਹਿੰਦੇ ਪਏ ਨੇ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜਿਹੜੀ ਮੈਂ ਗੱਲ ਕਰਦਾ ਪੈਣਾ ਇਹ ਨਾ ਸਮਝਿਓ ਕਿ ਉਹਨੇ ਮੇਰੇ ਹੱਕ ਦੀ ਗੱਲ ਕੀਤੀ ਜਿੱਥੇ ਮੈਂ ਗਲਤ ਉਹਨੇ ਕਿਹਾ ਹੈ ਕਿ ਇਟਲੀ ਵਾਲੇ ਨੂੰ ਆਪਣੀ ਜ਼ੁਬਾਨ ਸੰਭਾਲਣੀ ਚਾਹੀਦੀ ਹੈ ਤੇ ਜਿਹੜੇ ਬਲੌਗਰਾਂ ਦੀ ਗਲਤੀ ਉਹਨੇ ਕਿਹਾ ਵੀ ਬੈਲੈਂਸ ਕਰਨਾ ਚਾਹੀਦਾ ਠੀਕ ਹੈ ਇਹਨਾਂ ਸਮਝਿਓ ਪਰ ਮੈਂ ਤੁਹਾਨੂੰ ਸਮਝਾਉਣਾ ਪਿਆ ਕਿ ਉਹਨੇ ਕਿਹਾ ਕਿ ਅਸੀਂ ਪੰਜਾਬ ਤੋਂ ਭੱਜੀਦਾ ਕਿ ਸਾਨੂੰ ਵਧੀਆ ਲਾਈਫ ਮਿਲੇ ਸਾਨੂੰ ਬੋਲਣ ਦੇ ਅਧਿਕਾਰ ਮਿਲਣ ਫਰੀडम ਆਫ ਸਪੀਚ ਹੋਣੀ ਚਾਹੀਦੀ ਅਸੀਂ ਬਾਤਾਂ ਹੀ ਆ ਨਾ ਪੰਜਾਬ ਇੰਡੀਆ ਤੋਂ ਤਾਂ ਹੀ ਆਕੇ ਆ ਨਾ ਕਿ ਇੱਥੇ ਬੋਲਣ ਦੀ ਆਜ਼ਾਦੀ ਨਹੀਂ ਹੈ ਹੈ ਪਰ ਬਾਹਰ ਆ ਕੇ ਵੀ ਸਾਡੀਆਂ ਇਹ ਗੰਧੀਆਂ ਆਦਤਾਂ ਜਾਂ ਗੰਦੀ ਸੋਚ ਨਹੀਂ ਬਦਲਦੀ ਆ ਕੇ ਲੰਡਰ ਕੀ ਧੋਰੇ بڑے ਲੈਕਚਰ ਦਿੰਦੇ ਪਈ ਕੇ ਮੁੰਡੇ ਦੀ ਸੋਚ ਤੇ ਕੁੜੀ ਦੀ ਸੋਚ ਐਦਾਂ ਉਦਾਂ ਆ ਤੁਹਾਡੀ ਸੋਚ ਏ ਤੋੜੀ ਤੁਸੀਂ ਇੱਕ ਮੈਂ ਕਹਿੰਦਾ 1% ਵੀ ਨਹੀਂ ਬਦਲੇ ਉਹੀ ਇੰਡੀਆ ਕੰਮ ਕਰਦੇ ਸੀ ਜੇ ਕੋਈ ਬੋਲਦਾ ਇਹਦੀ ਜ਼ਬਾਨ ਇਹਦੀ ਵਾਜ ਦਵਾ ਦਿਓ ਤੇ ਇੱਥੇ ਆ ਕੇ ਤੁਸੀਂ ਆਸਟ੍ਰੇਲੀਆ ਆ ਗਏ ਨੇ ਸੋਹਣੇ ਮੁਲਕ ਚ ਆ ਕੇ ਵੀ ਉਹੀ ਕੰਮ ਕਰਦੇ ਪਿਓ ਕਿ ਬੋਲਦਾ ਸਾਡੇ ਖਿਲਾਫ ਹੈ ਇਹਨੂੰ ਦਬਾ ਦਿਓ ਪਰ ਪੂਰੀ ਡਿਟੇਲ ਵਾਸਤੇ ਪੂਰੀ ਡਿਟੇਲ ਵਾਸਤੇ ਕਾਕਾ ਬੱਲੀ ਦੀ ਵੀਡੀਓ ਜ਼ਰੂਰ ਵੇਖਿਓ ਮੇਰੀ ਵੀਡੀਓ ਲੰਬੀ ਹੁੰਦੀ ਬੇ ਇਸ ਕਰਕੇ ਤੇ ਕਿਤੇ ਅਗਲੀ ਵੀਡੀਓ ਚ ਮੈਂ ਫੇਰ ਇਸੇ ਗੱਲਾਂ ਤੇ ਫੇਰ ਰੋਸਟਿੰਗ ਕਰਾਂਗਾ ਮਿਲਦੇ ਆ ਜੀ ਕਿਸੇ ਅਗਲੀ ਵੀਡੀਓ ਚ ਸ਼ੁਕਰਨ ਹਬੀਬੀ ਬੱਲ